ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਕਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕਉ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾਵਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰਾ ਹੀਰੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ, ਮੇਰਾ ਹੀਰੈ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਜ਼ੂਰ ਦੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਓ। ਮਨ ਵਿੱਚੋਂ ਇੱਛਾ ਲੈ ਕਰਕੇ ਜਦੋਂ ਗੁਰੂ ਕਾ ਸਿੱਖ ਜਾਂ ਕੋਈ ਵੀ ਪ੍ਰਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਕੇ ਅਰਦਾਸ ਕਰਦਾ ਹੈ ਤਾਂ ਸਤਿਗੁਰੂ ਮਹਾਰਾਜ ਜੀ ਦਾ ਫਰਮਾਨ ਹੈ, ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਸੇਵਕ ਬਣ ਕੇ ਆਪਣੇ ਸਤਿਗੁਰੂ ਅੱਗੇ ਅਰਦਾਸ ਕਰੇ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਜੋ ਤਨ ਦਾ ਤਾਣ ਛੱਡ ਕੇ, ਮਨ ਦਾ ਮਾਣ ਛੱਡ ਕੇ, ਹੰਕਾਰ ਰੂਪ ਸਿਰ ਨੂੰ ਲਾ ਕੇ ਔਰ ਰੋਮ ਰੋਮ ਕਰਕੇ, ਸਵਾਸ ਸਵਾਸ ਕਰਕੇ ਆਪਣੇ ਸਤਿਗੁਰੂ ਦੇ ਅੱਗੇ ਸਭ ਕੁਝ ਅਰਪਿਤ ਕਰ ਦਿੰਦਾ ਹੈ, ਸਮਰਪਿਤ ਕਰ ਦਿੰਦਾ ਹੈ, ਭੇਟਾ ਕਰ ਦਿੰਦਾ ਹੈ, ਆਪਣੇ ਸ਼ੁਭ ਗੁਣਾਂ ਦਾ ਵੀ ਮਾਣ ਨਹੀਂ ਕਦੇ ਕਰਨਾ। ਇਹ ਅਰਦਾਸ ਕਰਨੀ ਹੈ, ਸਤਿਗੁਰੂ ਜੋ ਸ਼ੁਭ ਗੁਣ ਬਖਸ਼ਿਸ਼ ਕੀਤੇ ਹੈ ਇਹ ਆਪ ਜੀ ਦੀ ਕਿਰਪਾ ਨਾਲ ਹੀ ਪ੍ਰਾਪਤ ਹੋਏ ਹਨ। ਮੈਂ ਤਾਂ ਔਗਣਹਾਰਾ ਜੀਵ ਹੈ, ਕਿਉਂਕਿ ਸਾਧ ਸੰਗਤ ਜੀ ਸਾਡਾ ਜਿਹੜਾ ਸਰੀਰ ਹੈ ਇਹ ਪਾਪ ਪੁੰਨ ਦੇ ਸੰਯੋਗ ਕਰਕੇ ਬਣਿਆ ਹੈ। ਪਾਪਾਂ ਕਰਕੇ ਸਾਨੂੰ ਦੁੱਖ ਪ੍ਰਾਪਤ ਹੁੰਦੇ ਹੈ, ਪੁੰਨਾਂ ਕਰਕੇ ਇਹ ਪੂਰਵਲੇ ਜਨਮਾਂ ਦੇ ਪੁੰਨਾਂ ਕਰਕੇ ਮਨੁੱਖਾ ਦੇਹ ਮਿਲੀ ਹੈ। ਭਈ ਪ੍ਰਾਪਤ ਮਾਨੁਖ ਦਿਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਕਰਕੇ ਪਾਪੀ ਪੁੰਨੀ ਸਰੀਰ ਜਿਹੜਾ ਹੈ ਇਸ ਵਿੱਚ ਗੁਰੂ ਦੀ ਕਿਰਪਾ ਔਰ ਬਖਸ਼ਿਸ਼ ਤੋਂ ਬਿਨਾਂ ਸ਼ੁਭ ਗੁਣ ਪੈਦਾ ਨਹੀਂ ਹੋ ਸਕਦੇ। ਜੋ ਸ਼ੁਭ ਗੁਣ ਪੈਦਾ ਹੋਣ ਜਾਂ ਪ੍ਰਾਪਤ ਹੋਣ ਉਹਨਾਂ ਨੂੰ ਵੀ ਗੁਰੂ ਕੀ ਬਖਸ਼ਿਸ਼ ਜਾਣਨਾ ਕਰੇ। ਇੱਕ ਵੀ ਗੁਣ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਮਿਲ ਨਹੀਂ ਸਕਦਾ, ਪ੍ਰਾਪਤ ਨਹੀਂ ਹੋ ਸਕਦਾ। ਅਤੇ ਔਗਣਾਂ ਦੀ ਮੈਲ ਵੀ, ਮਾੜੇ ਕਰਮਾਂ ਦੀ ਮੈਲ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਕੱਟੀ ਨਹੀਂ ਜਾਂਦੀ। ਇਸ ਲਈ ਆਪਣੇ ਸ਼ੁਭ ਗੁਣਾਂ ਦਾ ਕਦੇ ਮਾਣ ਨਹੀਂ ਕਰਨਾ, ਆਪਣੇ ਜਪ ਤਪ ਦਾ ਵੀ ਕਦੇ ਹੰਕਾਰ ਨਹੀਂ ਕਰਨਾ, ਆਪਣੀ ਭਗਤੀ ਦਾ ਵੀ, ਬੰਦਗੀ ਦਾ ਵੀ, ਸੇਵਾ ਦਾ ਵੀ ਕਦੇ ਮਾਣ ਨਹੀਂ ਕਰਨਾ। ਹਰ ਤਰ੍ਹਾਂ ਦੇ ਮਾਣ ਤੋਂ ਰਹਿਤ ਹੋ ਕੇ ਜਦੋਂ ਗੁਰੂ ਸਾਹਿਬ ਨੂੰ ਸਿੱਖ ਆਪਣਾ ਸਭ ਕੁਝ ਸਮਰਪਿਤ ਕਰ ਦਿੰਦਾ ਹੈ ਉਦੋਂ ਕਿਤੇ ਜਾ ਕੇ ਦਾਸ ਅਤੇ ਸੇਵਕ ਬਣਦਾ ਹੈ। ਸੇਵਕ ਐਸਾ ਦਾਸਾ ਭਾਵ ਧਾਰ ਕੇ ਜਦੋਂ ਅਰਦਾਸ ਕਰਦਾ, ਬੇਨਤੀ ਕਰਦਾ, ਤਤਕਾਲ ਹੋਇਆ ਬਿਨਾਂ ਦੇਰੀ ਤੋਂ
ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਐਸਾ ਮੇਰੇ ਸਤਿਗੁਰੂ ਦਾ ਪਾਵਨ ਦਰ ਹੈ ਕਿ ਜੋ ਵੀ ਮਨ ਦੀ ਇੱਛਾ ਧਾਰ ਕੇ ਗੁਰੂ ਸਾਹਿਬ ਦੇ ਪਾਵਨ ਚਰਨਾਂ 'ਚ ਜਗਿਆਸੂ ਪ੍ਰੇਮੀ ਸ਼ਰਧਾਲੂ ਦੁਖੀ ਪ੍ਰਾਣੀ ਜੋ ਵੀ ਚੱਲ ਕੇ ਆਉਂਦਾ ਔਰ ਸਾਧ ਸੰਗਤ ਵਿੱਚੋਂ ਗੁਰੂ ਦੇ ਦਰਸ਼ਨ ਕਰਦਾ ਹੈ ਤਾਂ ਸਤਿਗੁਰੂ ਦੀ ਕੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਮਨਸਾ ਧਾਰ ਜੋ ਘਰ 'ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ। ਇਹ ਸਾਧ ਸੰਗਤ ਹੈ ਨਾ ਜਿਹੜੀ ਸੰਸਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਣੀ ਤਾਂ ਬਹੁਤ ਛੋਟੀ ਜਿਹੀ ਗੱਲ ਹੈ। ਮਹਾਰਾਜ ਕਹਿੰਦੇ ਜੰਮਣ ਮਰਨ ਵੀ ਉਹਨਾਂ ਦਾ ਕੱਟਿਆ ਜਾਂਦਾ। ਆਸ ਮਨੋਰਥ ਪੂਰਨ ਹੋਵੇ ਸਾਰੀਆਂ ਆਸਾਂ। ਮਨੁੱਖ ਕਹਿੰਦਾ 12 ਸਾਲ ਬੜਾ ਤਪ ਕੀਤਾ, ਮੈਂ ਪੁੱਠੇ ਲਮਕ ਕੇ ਵੀ ਤਪ ਕੀਤਾ, ਧੂਣੀਆਂ ਵੀ ਤਪਾਈਆਂ, ਬੜੇ ਕਠਿਨ ਸਾਧਨ ਕੀਤੇ, 12 ਸਾਲ ਮੈਂ ਜਪ ਵੀ ਕੀਤਾ ਪਰ ਮੇਰੀ ਆਸ ਨਹੀਂ ਪੂਰੀ ਹੋਈ। ਪਰ ਸਤਿਗੁਰੂ ਦਾ ਦਰ ਐਸਾ ਮਹਾਨ ਹੈ ਕਿ ਆਸਾ ਜਿਹੜੀ ਦੀਰਘ ਕਾਲ ਦੀ ਹੈ ਉਹ ਵੀ ਮਨਸਾ ਮਨ ਵਿੱਚ ਕੋਈ ਫੁਰਨਾ ਪੈਦਾ ਹੋਇਆ ਝੱਟ ਪੂਰਾ ਹੋ ਗਿਆ ਔਰ ਮਨ ਦੇ ਜਿੰਨੇ ਮਨੋਰਥ ਹਨ ਇਹ ਸਾਰੇ ਗੁਰੂ ਨੂੰ ਮਿਲਣ ਕਰਕੇ ਗੁਰੂ ਦੇ ਦਰਸ਼ਨ ਕਰਕੇ ਸਿੱਖ ਦੇ ਪੂਰਨ ਹੋ ਜਾਂਦੇ ਆ। ਜਦੋਂ ਸਿੱਖ ਗੁਰੂ ਦੇ ਆ ਕੇ ਦਰਸ਼ਨ ਸ਼ਰਧਾ ਔਰ ਭਾਵਨਾ ਦੇ ਨਾਲ ਕਰਦਾ ਹੈ ਐਸਾ ਦਰ ਹੈ ਮੇਰੇ ਗਰੀਬ ਨਿਵਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਸਾਧ ਸੰਗਤ ਜੀ, ਸਰਦਾਰ ਜਸਵੰਤ ਸਿੰਘ ਜੀ ਨੇਕੀ ਬੜੇ ਪ੍ਰਸਿੱਧ ਵਿਦਵਾਨ ਹੋਏ, ਉਹਨਾਂ ਦੇ ਮਾਤਾ ਜੀ ਗੁਰਬਾਣੀ ਦੇ ਨਿਤਨੇਮੀ ਸਨ। ਉਹਨਾਂ ਨੇ ਆਪਣੇ ਹੱਥੀਂ ਇਹ ਆਪ ਘਟਨਾ ਲਿਖੀ ਹੈ ਕਿ ਇੱਕ ਦਿਨ ਮੇਰੇ ਮਾਤਾ ਜੀ ਬੜੇ ਚਾਅ ਨਾਲ ਕੋਈ ਸ਼ਬਦ ਪੜ੍ਹ ਰਹੇ ਸਨ ਅਤੇ ਉਹਨਾਂ ਨੇ ਆਪਣੀ ਮੌਜ ਵਿੱਚ ਗੁਰਬਾਣੀ ਦਾ ਸ਼ਬਦ ਪੜ੍ਹਿਆ ਔਰ ਜਦੋਂ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਪ੍ਰੇਮ ਵਿੱਚ ਇੰਨੇ ਭਿੱਜ ਗਏ ਕਿ ਜਿਵੇਂ ਸਤਿਗੁਰੂ ਨਾਲ ਸਿੱਧੀ ਵਾਰਤਾਲਾਪ ਕਰੀਦੀ ਹੈ ਆਮ ਸਾਧਾਰਨ ਸ਼ਬਦਾਂ ਦੇ ਵਿੱਚ ਹੀ ਉਹ ਬੋਲਣ ਲੱਗ ਪਏ। ਤਾਂ ਨੇਕੀ ਜੀ ਕਹਿਣ ਲੱਗੇ, ਮਾਂ ਇਹ ਸ਼ਬਦ ਇਸ ਤਰ੍ਹਾਂ ਨਹੀਂ ਉਚਾਰਨ ਕਰਨੇ, ਇਹਨਾਂ ਦਾ ਸ਼ੁੱਧ ਉਚਾਰਨ ਕਰੋ, ਸਹੀ ਢੰਗ ਨਾਲ ਬੋਲੋ। ਕਹਿਣ ਲੱਗੇ, ਜਿਸ ਗੁਰੂ ਨੂੰ ਮੈਂ ਸੁਣਾ ਰਹੀ ਹਾਂ ਨਾ ਉਹ ਮੇਰੀ ਹਰ ਬੋਲੀ ਨੂੰ ਜਾਣਦਾ, ਹਰ ਬੋਲੀ ਨੂੰ ਸੁਣਦਾ, ਤੈਨੂੰ ਦੱਸਣ ਦੀ ਲੋੜ ਨਹੀਂ ਮੈਨੂੰ। ਗੁਰੂ ਨੂੰ ਕਿਸੇ ਵੀ ਬੋਲੀ ਦੇ ਵਿੱਚ ਕਿਸੇ ਵੀ ਭਾਵਨਾ ਵਿੱਚ ਸ਼ਰਧਾ ਵਿੱਚ ਜੁੜ ਕੇ, ਇਹ ਨਹੀਂ ਕਿ ਅਸੀਂ ਗੁਰਮੁਖੀ ਜਾਣਦੇ ਹਾਂ ਸਾਡੀ ਅਰਦਾਸ ਹੀ ਇੱਥੇ ਪੂਰੀ ਹੋਣੀ ਹੈ, ਭਾਵੇਂ ਕੋਈ ਉਰਦੂ ਦੀ ਭਾਸ਼ਾ ਵਿੱਚ ਆ ਕੇ ਸਤਿਗੁਰੂ ਦੇ ਦਰ 'ਤੇ ਅਰਦਾਸ ਕਰ ਦੇਵੇ, ਦੁਆ ਕਰ ਦੇਵੇ, ਫਰਿਆਦ ਕਰ ਦੇਵੇ, ਕੋਈ ਸੰਸਕ੍ਰਿਤ ਵਿੱਚ ਕਰ ਦੇਵੇ, ਕੋਈ ਹਿੰਦੀ ਵਿੱਚ, ਕੋਈ ਅੰਗਰੇਜ਼ੀ ਵਿੱਚ, ਕਿਸੇ ਵੀ ਬੋਲੀ ਦਾ ਮਨੁੱਖ ਕਿਸੇ ਭਾਸ਼ਾ ਨੂੰ ਬੋਲਣ ਅਤੇ ਸਮਝਣ ਵਾਲਾ ਕੋਈ ਵੀ ਇੱਥੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਤਰ੍ਹਾਂ ਵੀ ਬੇਨਤੀ ਅਰਦਾਸ ਜੋਦੜੀ ਕਰਦਾ
ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਛਾੜ ਸਿਆਣਪ ਸਗਲ ਮਨ ਤਨ ਅਰਪ ਧਰ। ਸਿਆਣਪਾਂ ਨੂੰ ਛੱਡ ਕੇ ਜਦੋਂ ਮਨ ਤਨ ਅਰਪਿਤ ਕਰ ਦਿੰਦਾ ਨਾ, ਕੋਈ ਵੀ ਪ੍ਰਾਣੀ ਕਿਸੇ ਵੀ ਕੋਨੇ ਤੋਂ ਆਉਂਦਾ ਤਾਂ ਮੇਰੇ ਸਤਿਗੁਰੂ ਉਹਨਾਂ ਦੀਆਂ ਸਮੱਗਰ ਸਾਰੀਆਂ ਭਾਵਨਾਵਾਂ ਆਸ਼ਾਵਾਂ ਪੂਰੀਆਂ ਕਰਦੇ ਹਨ। ਐਸਾ ਮੇਰੇ ਸਤਿਗੁਰੂ ਦਾ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਔਰ ਅੰਮ੍ਰਿਤ ਸਰੋਵਰ ਵਿੱਚ ਵੱਡਿਆਂ ਭਾਗਾਂ ਵਾਲਿਆਂ ਨੂੰ ਇਸ਼ਨਾਨ ਕਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਵੱਡਿਆਂ ਭਾਗਾਂ ਵਾਲੇ ਪ੍ਰਾਣੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕੇ ਦੋਨੋਂ ਸਮੇਂ ਸਤਸੰਗਤ ਦੇ ਪ੍ਰਵਾਹ ਵਿੱਚੋਂ ਸਤਿਗੁਰੂ ਦੇ ਚਰਨਾਂ ਨਾਲ ਜੁੜ ਕਰਕੇ ਆਨੰਦ ਮਾਣਦੇ ਹਨ। ਸੋ ਸਾਧ ਸੰਗਤ ਜੀ, ਜ਼ਿੰਦਗੀ ਦੇ ਵਿੱਚ ਹਰ ਗੁਰਸਿੱਖ ਨੂੰ ਮਾਈ ਭਾਈ ਨੂੰ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ, ਜੇ ਸਾਲ ਵਿੱਚ ਇੱਕ ਵਾਰੀ ਨਹੀਂ ਜਾਂ 6 ਮਹੀਨਿਆਂ ਬਾਅਦ ਸਾਲ ਵਿੱਚ 2 ਵਾਰ ਨਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਸਕਦਾ, ਤਾਂ ਜ਼ਿੰਦਗੀ 'ਚ ਇੱਕ ਵਾਰੀ ਤਾਂ ਘੱਟੋ ਘੱਟ ਹਰ ਗੁਰਸਿੱਖ ਮਾਈ ਭਾਈ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨੇ ਲਾਜ਼ਮੀ ਹਨ। ਇੱਕ ਵਾਰੀ ਵੀ ਜਿਹੜਾ ਦਰਸ਼ਨ ਕਰ ਗਿਆ ਉਹ ਤਰ ਗਿਆ, ਇੱਕ ਵਾਰੀ ਵੀ ਜਿਹਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਲਿਆ ਉਹਦਾ ਭਲਾ ਹੋ ਗਿਆ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਐਸੀਆਂ ਮਹਾਨ ਬਖਸ਼ਿਸ਼ਾਂ ਇਸ ਦਰ ਘਰ ਵਿੱਚੋਂ ਹਮੇਸ਼ਾ ਪ੍ਰਾਪਤ ਹੁੰਦੀਆਂ ਹਨ। ਰਿੱਧੀਆਂ ਸਿੱਧੀਆਂ ਨਿੱਧੀਆਂ ਗੁਰੂ ਦੀਆਂ ਬਰਕਤਾਂ ਦਾ ਇੱਥੇ ਮੀਂਹ ਵਰਦਾ ਹੈ। ਸੋ ਐਸੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋ ਰਿਹਾ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੁਗੋ ਜੁਗ ਅਟਲ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੁਆਰਾ ਸਾਨੂੰ ਜੋ ਪਰਮ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਕਥਾ ਕੁਝ ਸਮਾਂ ਆਪਾਂ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਸਾਧ ਸੰਗਤ ਜੀ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਜਦੋਂ ਸਤਿਗੁਰੂ ਜੀ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਆਗਿਆ ਨੂੰ ਪਾ ਕੇ, ਕਿਉਂਕਿ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖ਼ਤ ਬਖਸ਼ਿਸ਼ ਕੀਤਾ, ਉਸ ਸਮੇਂ ਆਗਿਆ ਕੀਤੀ ਸੀ, ਇਹ ਬਚਨ ਕੀਤੇ ਸਨ ਕਿ ਇਸ ਪਾਵਨ ਧਰਤੀ 'ਤੇ ਆ ਕੇ ਤੁਸੀਂ ਸਰੋਵਰ ਦੀ ਸੇਵਾ ਕਰਵਾਉਣੀ ਹੈ, ਪਾਵਨ ਪਵਿੱਤਰ ਨਗਰੀ ਵਸਾਉਣੀ ਹੈ, ਇਹ ਸੇਵਾ ਤੁਸੀਂ ਆਪ ਕਰਨੀ ਹੈ, ਕਿਉਂਕਿ ਇੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਚਰਨ ਪਾਏ, ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਚਰਨ ਪਾਏ, ਔਰ ਧੰਨ ਸ਼੍ਰੀ ਗੁਰੂ
ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇੱਥੇ ਪਾਵਨ ਚਰਨ ਪਾ ਕੇ ਸਰੋਵਰ ਤੇ ਹਰਿਮੰਦਰ ਸਾਹਿਬ ਬਣਨ ਦੇ ਆਪ ਵਰਦਾਨ ਅਤੇ ਬਚਨ ਕਰਕੇ ਗਏ ਸਨ। ਸੋ ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਗਿਆ ਸੀ ਕਿ ਤੁਸੀਂ ਅੰਮ੍ਰਿਤ ਸਰੋਵਰ ਦੀ ਖੁਦਾਈ ਕਰਾਉਣੀ ਹੈ, ਸਰੋਵਰ ਤਿਆਰ ਕਰਨਾ। ਇਸ ਤਰ੍ਹਾਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਸਰੋਵਰ ਦੀ ਜਦੋਂ ਸੇਵਾ ਕਰਵਾਈ, ਬੇਅੰਤ ਸੰਗਤਾਂ ਹਜ਼ੂਰ ਦੇ ਦਰਸ਼ਨ ਕਰਨ ਆਇਆ ਕਰਦੀਆਂ। ਇੱਕ ਦਿਨ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰੋ, ਮਿਹਰ ਕਰੋ ਕਿ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਹਿਰਦੇ ਵਿੱਚ ਕਿਵੇਂ ਵੱਸ ਸਕਦਾ ਹੈ, ਔਰ ਜਿਹੜੇ ਜਨਮਾਂ ਜਨਮਾਂ ਦੇ ਮਨੁੱਖ ਦੇ ਪਾਪ ਹਨ ਉਹ ਕਿਵੇਂ ਲਹਿ ਸਕਦੇ ਹਨ, ਅਤੇ ਦੁਨੀਆਂ ਦੇ ਪਦਾਰਥ ਕਿਵੇਂ ਪ੍ਰਾਪਤ ਹੋ ਸਕਦੇ ਹਨ, ਔਰ ਸੱਚੇ ਪਾਤਸ਼ਾਹ ਇਹ ਮਨੁੱਖਾ ਜੀਵਨ ਕਿਵੇਂ ਸਫਲ ਹੋ ਸਕਦਾ ਹੈ, ਅਗਿਆਨ ਦਾ ਜਿਹੜਾ ਹਨੇਰਾ ਇਹ ਕਿਵੇਂ ਨਿਵਰਤ ਹੋ ਸਕਦਾ ਹੈ। ਐਸਾ ਉਪਦੇਸ਼ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰਨਾ ਕਰੋ, ਤਾਂ ਮੇਰੇ ਸਤਿਗੁਰੂ ਜੀ ਨੇ ਜੈਤ ਸ੍ਰੀ ਰਾਗ ਦੇ ਆਰੰਭ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ। ਜੈ ਸ੍ਰੀ ਰਾਗ ਵਿੱਚ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼ਬਦ ਨਹੀਂ ਹਨ। ਜੈਤ ਸ੍ਰੀ ਰਾਗ ਦੀ ਆਰੰਭਤਾ ਚੌਥੇ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਰਨਾ ਕੀਤੀ ਹੈ। ਜੈਤ ਸ੍ਰੀ ਰਾਗ ਵਿੱਚ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਜੈਤ ਸ੍ਰੀ ਰਾਗ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਮਹੱਲਾ ਦਾ ਅਰਥ ਹੁੰਦਾ ਸਰੂਪ। ਚੌਥੇ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ, ਚੌਥੀ ਜੋਤ, ਜੋਤ ਉਹ ਜੁਗਤ ਸਾਇਸ ਹੈ ਕਾਇਆ ਫੇਰ ਪਲਟੀ ਹੈ। ਪੁਰਾਣੇ ਸਾਡੇ ਪਰੰਪਰਾ ਵਿੱਚ ਗੁਰਸਿੱਖ ਇਹ ਸ਼ਬਦ ਵੀ ਬੋਲਿਆ ਕਰਦੇ ਸਨ, ਸਾਡੇ ਇਤਿਹਾਸ ਵਿੱਚ ਵੀ ਅੰਕਿਤ ਹਨ, ਚੌਥੇ ਗੁਰੂ ਨਾਨਕ ਸਾਹਿਬ, ਕਿ ਚੌਥੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਜੈਤ ਸ੍ਰੀ ਰਾਗ ਵਿੱਚ ਬਖਸ਼ਿਸ਼ ਕਰ ਰਹੇ ਹਨ। ਘਰ ਪਹਿਲਾ ਚੌਪਦੇ, ਪਹਿਲੇ ਘਰ ਸੁਰਤਾਲ ਦੇ ਅੰਦਰ, ਸੁਰਾਂ ਜਿਹੜੀਆਂ ਹੁੰਦੀਆਂ ਸਾਜਾਂ ਦੀਆਂ ਹੁੰਦੀਆਂ, ਤਾਲ ਜੋੜੀ ਦੇ ਮਿਰਦੰਗ ਦੇ ਹੋਇਆ ਕਰਦੇ। ਰਾਗੀ ਸਿੰਘਾਂ ਨੂੰ ਗਿਆਨ ਹੈ, ਇਸ ਕਰਕੇ ਪਹਿਲੇ ਘਰ ਸੁਰਤਾਲ ਦੇ ਅੰਦਰ ਚੌਪਦੇ ਚੌ ਪੌੜੀਆਂ ਵਾਲਾ ਇਹ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਆ। ਜਿਹੜੇ ਚੌਥੇ ਪਾਤਸ਼ਾਹ ਜੀ ਦੇ ਸ਼ਬਦ ਹਨ ਇਸ ਤੋਂ ਅੱਗੇ, ਇਹ ਚਾਰ ਚਾਰ ਪੌੜੀਆਂ ਵਾਲੇ ਸ਼ਬਦ ਹਨ। ਗੁਰਸਿੱਖਾਂ ਜਦੋਂ ਇਹ ਪਾਵਨ ਸ਼ਬਦ ਸ਼ਰਧਾ ਭਾਵਨਾ ਪ੍ਰੇਮਾ ਭਗਤੀ ਧਾਰ ਕੇ ਸੁਣੇਗਾ, ਇਹਨਾਂ ਸ਼ਬਦਾਂ ਦਾ ਅਭਿਆਸ ਕਰੇਗਾ, ਕਮਾਈ ਕਰੇਗਾ, ਪੁਨਾ ਪੁਨਾ ਇਹਨਾਂ ਸ਼ਬਦਾਂ ਦੇ ਨਾਲ ਆਪਣੇ ਚਿੱਤ ਨੂੰ ਜੋੜ ਕੇ, ਸੁਰਤ ਨੂੰ ਇਕਾਗਰ ਕਰਕੇ,
ਇਸ ਗੁਰਬਾਣੀ ਦੀ ਵਿਚਾਰ ਵਿੱਚ ਆਪਣਾ ਮਨ ਜੋੜੇਗਾ ਜਾਂ ਅਭਿਆਸ ਕਰੇਗਾ ਤਾਂ ਤੇਰੇ ਹਿਰਦੇ ਵਿੱਚ ਪ੍ਰਭੂ ਨੂੰ ਵਾਹਿਗੁਰੂ ਨੂੰ ਮਿਲਣ ਦਾ ਚਾਉ ਨਾਮ ਚਾਅ ਪੈਦਾ ਹੋਏਗਾ। ਪ੍ਰੇਮ ਤੋਂ ਬਿਨਾਂ ਚਾਅ ਨਹੀਂ ਪੈਦਾ ਹੁੰਦਾ, ਚਾਹ ਤੋਂ ਬਿਨਾਂ ਸਾਧ ਸੰਗਤ ਜੀ ਸਾਧਨ ਨਹੀਂ ਹੁੰਦੇ। ਪ੍ਰੇਮ ਚਾਉ ਔਰ ਸਾਧਨ, ਫਿਰ ਗੁਰੂ ਦੀ ਬਖਸ਼ਿਸ਼, ਫਿਰ ਕਿਤੇ ਜਾ ਕੇ ਪ੍ਰਾਪਤੀ। ਇਸ ਕਰਕੇ ਗੁਰਸਿੱਖ ਤੇਰੇ ਮਨ ਵਿੱਚ ਚਾਹ ਪੈਦਾ ਹੋ ਜਾਏਗਾ। ਇਹ ਬਾਣੀ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਦੇ ਮਿਲਾਪ ਲਈ ਤੇਰੇ ਮਨ ਵਿੱਚ ਚਾਹ ਪੈਦਾ ਕਰੇਗੀ ਔਰ ਤੈਨੂੰ ਉਹ ਪਦਵੀ ਵਾਹਿਗੁਰੂ ਪਰਮੇਸ਼ੁਰ ਦੇ ਦਰੋਂ ਜਿਹੜੀ ਉਹਦੀ ਅਭੇਦਤਾ ਦੀ ਹੈ, ਉਹਦੇ ਨਾਲ ਜੁੜਨ ਦੀ ਹੈ, ਉਹਦੀ ਇੱਕ ਮਿਕਤਾ ਦੀ ਹੈ ਜਾਂ ਪ੍ਰੇਮਾ ਭਗਤੀ ਦੀ ਹੈ, ਇਹ ਸਾਰੀਆਂ ਪਦਵੀਆਂ ਤੈਨੂੰ ਪ੍ਰਾਪਤ ਹੋਣਗੀਆਂ। ਇਉਂ ਐਸਾ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਕੇ ਕਿਰਤਾਰਥ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਵਾਹਿਗੁਰੂ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਾਨੂੰ ਕੋਈ ਪੁੱਛੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਮਤ ਕੀ ਹੈ, ਉਦੋਂ ਸਾਨੂੰ ਜਿਹੜਾ ਮੂਲ ਮੰਤਰ ਦੇ ਮੁੱਢ ਵਿੱਚ ਏਕਾ ਲੱਗਿਆ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਦੇ ਵਿੱਚ ਏਕਾ ਲੱਗਿਆ, ਇਹ ਅਦਵੈਤ ਦਾ ਵਾਚਕ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਮਤ ਅਦਵੈਤ ਹੈ। ਕਿਸੇ ਨਾਲ ਵੀ ਦਵੈਸ਼ ਨਹੀਂ ਇੱਥੇ ਕੀਤੀ ਜਾਂਦੀ, ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਿੱਖ ਧਰਮ ਦੇ ਵਿੱਚ ਕਿਸੇ ਦੀ ਵੀ ਨਿੰਦਿਆ ਨਹੀਂ ਕੀਤੀ ਜਾਂਦੀ, ਨਾ ਹੀ ਕਰਨ ਦੀ ਆਗਿਆ ਹੈ। ਹਰ ਧਰਮ ਦਾ ਪੂਰਾ ਸਨਮਾਨ ਔਰ ਸਤਿਕਾਰ ਹੈ। ਹਰ ਪ੍ਰਾਣੀ ਮਾਤਰ ਨੂੰ ਗੁਰੂ ਘਰ ਦੇ ਵਿੱਚ ਇੱਥੇ ਗੱਲ ਨਾਲ ਲਾਇਆ ਜਾਂਦਾ ਹੈ। ਕਿਸੇ ਨਾਲ ਦੂਈ ਦਵੈਤ ਵਿਤਕਰਾ ਨਹੀਂ ਕੀਤਾ ਜਾਂਦਾ ਹੈ ਔਰ ਜਿੰਨਾ ਚਿਰ ਸਾਧ ਸੰਗਤ ਦੀ ਦਵੈਤ ਹੈ ਮਨ ਵਿੱਚ। ਸੁਰਤੀ ਕਹਿੰਦੀ ਹੈ ਦੁਤੀਆ ਭਵੰ ਭਵਤੀ, ਕਹਿੰਦੇ ਜਿੰਨਾ ਚਿਰ ਤੇਰੇ ਮਨ ਵਿੱਚ ਦਵੈਤ ਹੈ ਉਨਾ ਚਿਰ ਤੂੰ ਬਾਰ ਬਾਰ ਸੰਸਾਰ ਤੇ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਤੂੰ ਭਵਦਾ ਹੀ ਭਰਮਦਾ ਹੀ ਆਉਣ ਜਾਣ ਦੇ ਚੱਕਰ ਦੇ ਵਿੱਚ ਪੈ ਕੇ ਭਟਕਦਾ ਰਹੇਗਾ। ਦੁਤੀਆ ਭਵੰ ਭਵਤੀ, ਜਬ ਲੱਗ ਜਿੰਨਾ ਚਿਰ ਮਨ ਵਿੱਚ ਦਵੈਤ ਹੈ ਉਨਾ ਚਿਰ ਜੰਮਣ ਮਰਨ ਹੈ ਹੀ ਹੈ। ਜਦੋਂ ਦਵੈਤ ਦੂਰ ਹੋ ਗਈ ਫਿਰ ਮੋਕਸ਼ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਇੱਕ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਸਾਧ ਸੰਗਤ ਜੀ, ਉਹ ਸਾਰਿਆਂ ਨੂੰ ਇੱਕੋ ਜੀ ਪ੍ਰਾਣੀ ਮਾਤਰ ਕੀ ਹਰ ਜੀਵ ਜੰਤੂ ਉੱਤੇ ਸਭ ਉੱਤੇ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਅਤੇ ਸਾਡਾ ਮਤ ਵੀ ਅਦਵੈਤ ਹੈ। ਇਸ ਕਰਕੇ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸੇ ਸੱਤ ਜਿਹੜਾ ਇਹ ਤ੍ਰੈ ਕਾਲ ਆਬਾਦ ਹੈ, ਤ੍ਰੈ ਕਾਲ ਆਬਾਦ ਅਤਵੰਗ ਸੱਤ ਅਤਵੰਗ, ਜਿਹੜਾ ਤਿੰਨਾਂ ਕਾਲਾਂ ਵਿੱਚ ਕਦੇ ਨਾਸ ਨਾ ਹੋਵੇ ਉਸ ਨੂੰ ਸੱਤ ਕਿਹਾ ਜਾਂਦਾ ਹੈ। ਨਾ ਭੂਤ ਵਿੱਚ
ਨਾ ਭਵਿੱਖ ਵਿੱਚ ਨਾ ਵਰਤਮਾਨ ਵਿੱਚ। ਉਹਨੂੰ ਤ੍ਰੈ ਕਾਲ ਆਬਾਦ ਕਿਹਾ ਜਾਂਦਾ ਹੈ। ਇਸ ਕਰਕੇ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਸਤ ਚਿੱਤ ਆਨੰਦ, ਸਤ ਸੁਹਾਣ ਸਦਾ ਮਨ ਚਾਓ, ਐਸੀ ਮੇਰੇ ਵਾਹਿਗੁਰੂ ਦੀ ਵਿਆਖਿਆ ਜਪਜੀ ਸਾਹਿਬ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਐਸਾ ਜੋ ਵਾਹਿਗੁਰੂ ਹੈ ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਸੇ ਪ੍ਰਾਪਤ ਹੁੰਦਾ ਹੈ। ਮੇਰਾ ਹੀਰ ਰਤਨ ਨਾਮ ਹਰ ਬਸਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਜਦੋਂ ਸਾਡੇ ਹਿਰਦੇ ਵਿੱਚ ਨਾਮ ਬਸਿਆ ਉਦੋਂ ਸਾਡੇ ਸਿਰ ਤੇ ਧੰਨ ਗੁਰੂ ਅਮਰਦਾਸ ਜੀ ਨੇ ਕਿਰਪਾ ਦਾ ਹੱਥ ਰੱਖਿਆ। ਮੇਰਾ ਹੀਰ ਹੈ, ਮੇਰੇ ਹੀਰ ਹੈ, ਹਿਰਦੇ ਦੇ ਵਿੱਚ ਜਦੋਂ ਰਤਨ ਰੂਪ ਵਾਹਿਗੁਰੂ ਦਾ ਨਾਮ ਵਸਿਆ। ਰਤਨ ਦਾ ਅਰਥ ਕੀ ਹੈ? ਰਤਨ ਦਾ ਅਰਥ ਹੈ ਪ੍ਰਕਾਸ਼ ਰੂਪ, ਗਿਆਨ ਸਰੂਪ। ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਨਾ, ਉਦੋਂ ਹਿਰਦੇ ਦੇ ਵਿੱਚ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੋ ਰਤਨ ਰੂਪ ਨਾਮ ਹੈ, ਪ੍ਰਕਾਸ਼ ਰੂਪ ਜੋ ਵਾਹਿਗੁਰੂ ਦਾ ਨਾਮ ਹੈ, ਗਿਆਨ ਸਰੂਪ ਜੋ ਵਾਹਿਗੁਰੂ ਦਾ ਨਾਮ ਹੈ, ਜਦੋਂ ਉਹ ਵਸ ਗਿਆ ਤਾਂ ਹਿਰਦੇ ਦੇ ਵਿੱਚ ਸਾਡੇ ਪ੍ਰਕਾਸ਼ ਹੋ ਗਿਆ, ਬ੍ਰਹਮਾ ਰੂਪ ਆਨੰਦ ਦਾ ਪ੍ਰਕਾਸ਼ ਹੋ ਗਿਆ, ਵਾਹਿਗੁਰੂ ਦੇ ਸਰੂਪ ਦਾ ਗਿਆਨ ਪ੍ਰਾਪਤ ਹੋ ਗਿਆ। ਇਹ ਪ੍ਰਕਾਸ਼ ਹੋ ਗਿਆ ਸਾਡੇ ਹਿਰਦੇ ਦੇ ਵਿੱਚ ਜਦੋਂ ਨਾਮ ਵਸਿਆ। ਹਰੀ ਦਾ ਤਾਂ ਐਸੀ ਕਿਰਪਾ ਹੋਈ ਹੈ, ਗੁਰ ਹੱਥ ਧਰਿਓ ਮੇਰਾ ਮਾਥਾ। ਔਰ ਇਸੇ ਤਰ੍ਹਾਂ ਜਗਿਆਸੂ ਵੀ, ਸਿੱਖ ਵੀ ਬੇਨਤੀ ਕਰਦਾ, ਮਹਾਰਾਜ ਸਾਡੇ ਹਿਰਦੇ ਵਿੱਚ ਕਿਵੇਂ ਨਾਮ ਵਸ ਸਕਦਾ? ਤਾਂ ਸਤਿਗੁਰੂ ਉੱਤਰ ਦਿੰਦੇ ਆ, ਜਦੋਂ ਗੁਰੂ ਮਸਤਕ ਦੇ ਉੱਤੇ ਸਾਧ ਸੰਗਤ ਜੀ ਸਿੱਖ ਦੇ ਕਿਰਪਾ ਦਾ ਹੱਥ ਰੱਖਦੇ ਆ ਨਾ, ਗੁਰ ਹੱਥ ਧਰਿਓ ਮੇਰਾ ਮਾਥਾ, ਮੱਥੇ ਦੇ ਉੱਤੇ ਸਤਿਗੁਰੂ ਕਿਰਪਾ ਦਾ ਹੱਥ ਰੱਖ ਦੇਣ, ਤਾਂ ਸਿੱਖ ਦੇ ਹਿਰਦੇ ਵਿੱਚ ਰਤਨ ਰੂਪ ਵਾਹਿਗੁਰੂ ਦਾ ਨਾਮ ਜੋ ਅਮੋਲਕ ਹੈ ਨਾ, ਉਹ ਨਾਮ ਵਸ ਜਾਂਦਾ ਗੁਰੂ ਦੀ ਕਿਰਪਾ ਰੂਪ, ਬਖਸ਼ਿਸ਼ ਰੂਪ ਨਜ਼ਰ ਦੇ ਨਾਲ। ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਕਿ ਜਿਸ ਸਿੱਖ ਨੂੰ ਸਤਿਗੁਰਾਂ ਦੇ ਪਵਿੱਤਰ ਹਸਤਾਂ ਦੀ ਸ਼ੋਅ ਪ੍ਰਾਪਤ ਹੋ ਜਾਂਦੀ, ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਾਮ ਦਾ ਅਤੁੱਟ ਪ੍ਰਵਾਹ ਚੱਲ ਪੈਂਦਾ ਸੀ। ਜੇ ਕੋਈ ਵੱਡਿਆਂ ਭਾਗਾਂ ਵਾਲਾ ਵਿਰਲਾ ਵਾਂਝਾ ਕੋਈ ਸਤਿਗੁਰੂ ਦੇ ਚਰਨਾਂ ਉੱਤੇ ਜਿਹਦਾ ਮਸਤਕ ਲੱਗ ਜਾਂਦਾ ਸੀ, ਉਹਦੇ ਹਿਰਦੇ ਵਿੱਚ ਵੀ ਨਾਮ ਦਾ ਪ੍ਰਵਾਹ ਚੱਲ ਪੈਂਦਾ ਸੀ। ਵਾਹਿਗੁਰੂ ਗੁਰਮੰਤਰ ਸਾਡਾ ਨਾਮ ਹੈ, ਮੂਲ ਮੰਤਰ ਸਾਡਾ ਨਾਮ ਹੈ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਹੀ ਨਾਮ ਸਰੂਪ ਹੈ, ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਸ ਜਾਂਦੀ ਹੈ। ਇਸ ਕਰਕੇ ਜਦੋਂ ਗੁਰੂ ਸਾਹਿਬ ਨੇ ਕਿਰਪਾ ਦਾ ਹੱਥ ਸਿਰ ਉੱਤੇ ਰੱਖਿਆ, ਮਸਤਕ ਦੇ ਉੱਤੇ ਰੱਖਿਆ, ਤਾਂ ਵਾਹਿਗੁਰੂ ਦਾ ਰਤਨ ਰੂਪ ਅਮੋਲਕ ਜੋ ਨਾਮ ਹੈ ਉਹ ਸਾਡੇ ਹਿਰਦੇ ਵਿੱਚ ਵਸ ਗਿਆ ਹੈ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ। ਫਿਰ ਫਲ ਕੀ ਮਿਲਿਆ? ਜਦੋਂ ਨਾਮ ਵਸਿਆ ਤਾਂ ਫਲ ਕੀ ਮਿਲਿਆ?
ਮਹਾਰਾਜ ਕਹਿੰਦੇ ਜਨਮਾਂ ਜਨਮਾਂ ਦੇ ਜਿਹੜੇ ਕਿਲ ਬਿਖ ਪਾਪ ਸਨ ਉਹ ਦੂਰ ਹੋ ਗਏ। ਵੈਸੇ ਚਾਰ ਤਰ੍ਹਾਂ ਦੇ ਕਿਲ ਬਿਖ ਪਾਪ ਮੰਨੇ ਆ ਗੁਰਬਾਣੀ ਅਨੁਸਾਰ। ਬ੍ਰਾਹਮਣ ਕੈਲੀ ਘਾਤ ਕੰਨਿਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ। ਪੂਰਨ ਬ੍ਰਹਮ ਗਿਆਨੀ ਜੋ ਮਹਾਂਪੁਰਖ ਹੈ ਉਸ ਨੂੰ ਮਾਰ ਦੇਣਾ, ਉਸ ਦਾ ਕਤਲ ਕਰ ਦੇਣਾ। ਬ੍ਰਾਹਮਣ ਕੈਲੀ, ਦੂਸਰਾ ਗਊ ਦਾ ਮਾਰਨਾ, ਤੀਸਰਾ ਕੰਨਿਕਾ ਨਾਮ ਲੜਕੀ ਦਾ ਮਾਰਨਾ। ਲੋਕ ਜੰਮਦੀਆਂ ਲੜਕੀਆਂ ਨੂੰ ਪੁਰਾਣੇ ਸਮਿਆਂ ਵਿੱਚ ਮਾਰ ਦਿਆ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦੀ ਨਾਨੀ ਜੀ ਜੋ ਸਨ, ਜਦੋਂ ਉਹਨਾਂ ਦਾ ਜਨਮ ਹੋਇਆ ਨਗਰ ਵਡਰੁੱਖੇ ਦੇ ਵਿੱਚ, ਤਾਂ ਪਰਿਵਾਰ ਦੀਆਂ ਮਾਈਆਂ ਨੇ ਉਹਨਾਂ ਨੂੰ ਜਿਉਂਦੀ ਨੂੰ ਮਿੱਟੀ ਦੇ ਮਟਕੇ ਵਿੱਚ ਪਾ ਕੇ ਦੱਬ ਦਿੱਤਾ ਧਰਤੀ ਵਿੱਚ ਕਿ ਮਰ ਜਾਏ। ਲੜਕੀ ਪੈਦਾ ਹੋਣੀ ਲੋਕ ਬੜਾ ਕੁਸ਼ਗਨ ਸਮਝਿਆ ਕਰਦੇ ਸਨ। ਇਸ ਨਗਰ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵਰੋਸਾਏ ਸਤਿਗੁਰਾਂ ਦੇ ਸਿੱਖ ਸੰਤ ਭਾਈ ਗੁੱਦੜ ਸਿੰਘ ਜੀ ਰਿਹਾ ਕਰਦੇ, ਨਾਮ ਜਪਿਆ ਕਰਦੇ, ਪਰ ਉਪਕਾਰ ਕਰਿਆ ਕਰਦੇ ਸਨ। ਔਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਾ ਜੀ ਉਹਨਾਂ ਲਈ ਪ੍ਰਸ਼ਾਦਾ ਅਤੇ ਜਲ ਪਾਣੀ ਲੈ ਕੇ ਜਾਇਆ ਕਰਦੇ, ਉਹਨਾਂ ਦੀ ਸੇਵਾ ਕਰਦੇ। ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਨਾਨੀ ਦਾ ਜਨਮ ਹੋਇਆ, ਜਿਉਂਦੀ ਧਰਤੀ ਵਿੱਚ ਦੱਬ ਦਿੱਤੀ, ਉਸ ਦਿਨ ਸੰਗਤ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਸਵੇਰੇ ਉੱਠ ਕੇ ਵੇਖਿਆ ਮਹਾਂਪੁਰਸ਼ ਨਿਤਨੇਮ ਤੋਂ ਵਿਹਲੇ ਹੋ ਗਏ, ਤਾਂ ਜਲ ਪਾਣੀ ਲੈ ਕੇ ਗਏ। ਫਤਿਹ ਬੁਲਾਈ, ਕਹਿਣ ਲੱਗੇ ਬਾਬਾ ਜੀ ਜਲ ਪਾਣੀ ਛਕੋ। ਕਹਿਣ ਲੱਗੇ ਭਾਈ ਤੇਰੇ ਘਰ ਦਾ ਜਲ ਪਾਣੀ ਨਹੀਂ ਛਕਣਾ, ਤੇਰੇ ਘਰ ਵਿੱਚ ਇੱਕ ਬਹੁਤ ਵੱਡਾ ਅੱਜ ਪਾਪ ਹੋ ਰਿਹਾ, ਕੰਬ ਗਿਆ। ਕਹਿਣ ਲੱਗਾ ਜੀ ਕਿਰਪਾ ਕਰੋ, ਮੈਨੂੰ ਪਤਾ ਨਹੀਂ, ਉਹਨਾਂ ਨੂੰ ਪਤਾ ਵੀ ਨਹੀਂ ਸੀ। ਕਹਿਣ ਲੱਗੇ ਤੇਰੇ ਘਰ ਵਿੱਚ ਉਸ ਲੜਕੀ ਨੂੰ ਅੱਜ ਜਿਉਂਦੀ ਧਰਤੀ ਦੇ ਵਿੱਚ ਦੱਬ ਕੇ ਉਸ ਦਾ ਕਤਲ ਕੀਤਾ ਜਾ ਰਿਹਾ, ਜਿਸ ਦੀ ਕੁੱਖ ਵਿੱਚੋਂ ਉਸ ਮਾਂ ਨੇ ਜਨਮ ਲੈਣਾ, ਜਿਹਨੇ ਸਿੱਖਾਂ ਦਾ ਰਾਜ ਇਸ ਧਰਤੀ 'ਤੇ ਸਥਾਪਿਤ ਕਰਨਾ, ਇਹ ਪਾਪ ਗੁਨਾਹ ਹੋਇਆ। ਕਹਿਣ ਲੱਗੇ ਇਸ ਕਰਕੇ ਗੁਰਮਤ ਦੀ ਇਹ ਰਹਿਤ ਹੈ ਕਿ ਕੁੜੀ ਮਾਰ ਦੇ ਘਰ ਦਾ ਸਿੱਖ ਨੇ ਅਨਜਲ ਨਹੀਂ ਛਕਣਾ, ਬਹੁਤ ਵੱਡਾ ਪਾਪ ਹੈ। ਲੜਕੀ ਨੂੰ ਮਾਰਨਾ ਇਸ ਤੋਂ ਵੱਡਾ ਬੱਜਰ ਪਾਪ ਹੋਰ ਕੋਈ ਨਹੀਂ। ਅੱਜ ਡਾਕਟਰੀ ਤਰੀਕਿਆਂ ਨਾਲ ਸਾਧ ਸੰਗਤ ਜੀ ਲੜਕੀਆਂ ਨੂੰ ਮਾਵਾਂ ਦੀ ਕੁੱਖ ਵਿੱਚ ਹੀ ਮਾਰਿਆ ਜਾ ਰਿਹਾ, ਇਹ ਬਹੁਤ ਵੱਡਾ ਬੱਜਰ ਗੁਨਾਹ ਹੋ ਰਿਹਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਪਰਉਪਕਾਰ, ਸਦਾ ਇਸ ਲੁਕਾਈ ਨੂੰ ਚੇਤੇ ਰੱਖਣਾ ਚਾਹੀਦਾ ਕਿ ਸਤਿਗੁਰੂ ਜੀ ਨੇ ਇਸ ਧਰਤੀ 'ਤੇ ਆਵਾਜ਼ ਦਿੱਤੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਸਾਡੀਆਂ ਬੀਬੀਆਂ ਨੂੰ, ਮਾਤਾਵਾਂ ਨੂੰ ਸਤਿਗੁਰੂ ਜੀ ਨੇ ਐਡਾ ਵੱਡਾ ਸਨਮਾਨ ਦਿੱਤਾ ਇਸ ਧਰਤੀ ਦੇ ਉੱਤੇ। ਕਹਿਣ ਲੱਗੇ ਜੀ ਮੈਨੂੰ ਪਤਾ ਨਹੀਂ, ਕਹਿੰਦੇ ਤੁਰੰਤ ਜਾਓ, ਅਜੇ ਜਿਉਂਦੀ ਹੈ ਉਹ, ਉਸ ਨੂੰ ਧਰਤੀ ਵਿੱਚੋਂ ਕਢਾ ਕੇ ਉਸ ਦੀ ਸੇਵਾ ਸੰਭਾਲ ਕਰੋ। ਉਸ ਦੇ ਕੁੱਖ ਵਿੱਚੋਂ ਜਿਸ ਲੜਕੀ ਨੇ ਜਨਮ ਲੈਣਾ, ਉਸ ਨੇ ਬੜੇ ਧਰਮਾਤਮਾ ਪੁਰਸ਼ ਨੂੰ ਜਨਮ ਦੇਣਾ ਇਸ ਧਰਤੀ ਦੇ ਉੱਤੇ। ਜਲਦੀ ਗਏ, ਲੜਕੀ ਨੂੰ ਕਢਾਇਆ, ਅਜੇ ਜਿਉਂਦੀ ਸੀ।
ਸਾਰੇ ਪਰਿਵਾਰ ਨੂੰ ਤਾੜਨਾ ਕੀਤੀ, ਸੰਭਾਲਿਆ ਔਰ ਫਿਰ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਆਏ। ਕਹਿਣ ਲੱਗੇ ਜਾਓ ਪੰਜਾਂ ਪਿਆਰਿਆਂ ਤੋਂ ਸਾਰਾ ਪਰਿਵਾਰ ਜਾ ਕੇ ਖਿਮਾ ਮੰਗੋ, ਉਹਨਾਂ ਤੋਂ ਤਨਖਾਹ ਲਵਾਓ, ਇਹ ਤੁਸੀਂ ਵੱਡਾ ਪਾਪ ਕਰਨ ਲੱਗੇ ਸੀ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਕੰਜਕਾਂ ਲੜਕੀ ਨੂੰ ਜਿਉਂਦੀ ਨੂੰ ਮਾਰ ਦੇਣਾ, ਇਹ ਬਹੁਤ ਵੱਡਾ ਪਾਪ ਹੈ, ਕਿਲਵਿਖ ਪਾਪ ਹੈ। ਗੁਰਬਾਣੀ ਦਾ ਫੁਰਮਾਨ ਹੈ, ਬ੍ਰਾਹਮਣ ਕੈਲੀ ਘਾਤ ਕੰਜਕਾ, ਜਾਂ ਲੜਕੀ ਨੂੰ ਮਾਰਨਾ ਜਾਂ ਲੜਕੀਆਂ ਨੂੰ ਵੇਚਣਾ। ਕਬੀਰ ਸਾਹਿਬ ਨੇ ਕਿਹਾ, ਕੋ ਹੈ ਲੜਕਾ ਵੇਚੇ, ਲੜਕੀ ਵੇਚੇ ਕੋਏ, ਸਾਂਝਾ ਕਰੇ ਕਬੀਰ ਸਿੰਘ ਹਰ ਸੰਘ ਵਣਜ ਕਰੇ। ਕੋਈ ਲੜਕੀਆਂ ਨੂੰ ਵੇਚਦਾ, ਕੋਈ ਲੜਕਿਆਂ ਨੂੰ ਵੇਚਦਾ। ਦੇਖੋ ਕੈਸੇ ਗਲਤ ਖਿਆਲ, ਮਾੜੀ ਸੋਚ ਸਾਡੇ ਸਿੱਖੀ ਧਰਮ ਦੇ ਵਿੱਚ ਵੀ ਆ ਕੇ ਪ੍ਰਵੇਸ਼ ਕਰ ਗਈ ਹੈ। ਪੁਰਾਣੇ ਸਮਿਆਂ ਵਿੱਚ ਲੋਕ ਲੜਕੀਆਂ ਨੂੰ ਵੇਚਿਆ ਕਰਦੇ ਸਨ ਕਿ ਇੰਨਾ ਦਾਜ ਧਨ ਦੌਲਤ ਦਿਓਗੇ ਅਤੇ ਫਿਰ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਦੇਵਾਂਗੇ। ਅੱਜ ਦੇ ਸਮੇਂ ਵਿੱਚ ਸਾਧ ਸੰਗਤ ਜੀ, ਲੜਕੇ ਵੀ ਵਿਕਦੇ ਹੈ। ਕੀ ਕਹਿੰਦੇ ਹੈ ਕਿ ਲੜਕੇ ਦਾ ਰਿਸ਼ਤਾ ਤੁਹਾਡੀ ਲੜਕੀ ਨਾਲ ਤਾਂ ਕਰਾਂਗੇ, ਤੁਹਾਡਾ ਤੁਹਾਡੀ ਪੁੱਤਰੀ ਦਾ ਸਾਕ ਤਾਂ ਲਵਾਂਗੇ ਜੇ ਤੁਸੀਂ ਇੰਨਾ ਕੁਝ, ਇੰਨੀ ਜਾਇਦਾਦ, ਇੰਨੀ ਦੌਲਤ, ਇੰਨਾ ਧਨ, ਇੰਨਾ ਪਦਾਰਥ, ਇੰਨਾ ਸੋਨਾ ਸਾਨੂੰ ਦਿਓਗੇ। ਤਾਂ ਹੀ ਕਬੀਰ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ, ਕੋ ਹੈ ਲੜਕਾ ਵੇਚੇ, ਲੜਕੀ ਵੇਚੇ ਕੋਏ। ਕੋਈ ਲੜਕੀਆਂ ਨੂੰ ਵੇਚਦਾ, ਕੋਈ ਲੜਕਿਆਂ ਨੂੰ ਵੇਚਦਾ। ਪਰ ਰਹਿਤ ਨਾਮਿਆਂ ਦੇ ਬਚਨ ਹਨ, ਕੰਨਿਆਂ ਦੇਵੈ ਸਿੱਖ ਕੋ, ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਇਹ ਗੁਰੂ ਕੇ ਰਹਿਤ ਨਾਮਿਆਂ ਦੇ ਬਚਨ ਹਨ। ਪੁੰਨ ਦਾ ਰਿਸ਼ਤਾ ਇੱਕ ਦੂਸਰੇ ਦਾ ਲੈਣਾ ਅਤੇ ਕਰਨਾ। ਹੋਰ ਮਨਮੁਖ ਦਾਜ ਦੇ ਰੱਖ ਦਿਖਾਲੇ, ਸੋ ਕੂੜ ਅਹੰਕਾਰ ਕੱਚ ਪਾਜੋ। ਮਹਾਰਾਜ ਕਹਿੰਦੇ ਉਹ ਮਨਮੁਖ ਹੈ, ਕੱਚੇ ਹੈ, ਉਹਨਾਂ ਦੇ ਪਾਜ ਉੱਗਣਗੇ ਜਿਹੜੇ ਭਾਈ ਦਾਜ ਦਹੇਜ ਦੀ ਖਾਤਰੇ ਪਾਪ ਕਰਦੇ ਅਤੇ ਕਰਾਉਂਦੇ ਹੈ। ਇਸ ਕਰਕੇ ਕੰਜਕਾਂ ਲੜਕੀ ਨੂੰ ਮਾਰਨਾ ਜਾਂ ਲੜਕੀ ਨੂੰ ਵੇਚਣਾ, ਇਹ ਤੀਸਰਾ ਵੱਡਾ ਕਿਲਵਿਖ ਪਾਪ ਹੈ। ਚੌਥਾ ਅਣਚਾਰੀ ਕਾ ਧਾਨ, ਜਿਹਨੇ ਗੁਰੂ ਨੀ ਧਾਰਨ ਕੀਤਾ, ਭਾਵ ਨਗੁਰੇ ਮਨੁੱਖ ਦੇ ਘਰ ਦਾ ਅੰਨ ਅਤੇ ਪਦਾਰਥ ਗ੍ਰਹਿਣ ਕਰਨਾ। ਗੁਰਬਾਣੀ ਦਾ ਫੁਰਮਾਨ ਹੈ, ਵੇ ਦੀਨਾ ਕੀ ਦੋਸਤੀ, ਵੇ ਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣੀ, ਸਦਾ ਵਸੈ ਸੈਤਾਨ। ਔਰ ਸਤਿਗੁਰੂ ਇੱਥੇ ਵੀ ਨਾਲ ਫੁਰਮਾਨ ਕਰਦੇ ਆ ਰਹਿਤ ਨਾਮਿਆਂ ਦੇ ਵਿੱਚ, ਜਾ ਕੀ ਰਹਿਤ ਨਾ ਜਾਣੀ ਹੈ, ਗੁਰਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਏ ਕਹਿ ਬਿਸਰੈ ਹਰ ਸਿਉਂ ਪ੍ਰੀਤ। ਨਗੁਰੇ ਦੇ ਹੱਥ ਦਾ ਕਦੇ ਭੁੱਲ ਕੇ ਵੀ ਭੋਜਨ ਨਹੀਂ ਖਾਣਾ, ਉਹਦਾ ਪਦਾਰਥ ਅੰਗੀਕਾਰ ਨਹੀਂ ਕਰਨਾ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਜਿਹਨੇ ਗੁਰੂ ਨਹੀਂ ਧਾਰਨ ਕੀਤਾ, ਗੁਰੂ ਤੋਂ ਹੀਣਾ ਹੈ, ਗੁਰੂ ਵਾਲਾ ਨਹੀਂ ਬਣਿਆ, ਉਹਦਾ ਨਾਮ ਲੈਣਾ ਵੀ ਵੱਜਰ ਪਾਪ ਹੈ। ਸਤਿ ਸੰਗਤ ਜੀ, ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਇਹ ਬੜਾ ਸੁੰਦਰ ਜ਼ਿਕਰ ਆਉਂਦਾ ਹੈ। ਜਿਸ ਸਮੇਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਾ ਰਹੇ ਸਨ,
ਤਾਂ ਮਾਲਵੇ ਦੀ ਧਰਤੀ ਦੇ ਵਿੱਚੋਂ ਪੁੱਚੋ ਕੇ ਨਗਰ ਬੜਾ ਪ੍ਰਸਿੱਧ ਨਗਰ ਹੈ। ਇਸ ਨਗਰ ਦੇ ਰਹਿਣ ਵਾਲੇ ਬਜ਼ੁਰਗ ਬਾਬਾ ਆਦਮ ਜੀ, ਜਿਨ੍ਹਾਂ ਦੀ 60 ਸਾਲ ਦੀ ਉਮਰ ਹੋ ਚੁੱਕੀ ਸੀ, ਇਹਨਾਂ ਦੇ ਘਰ ਵਿੱਚ ਕਿਸੇ ਪੁੱਤਰ ਪੁੱਤਰੀ ਨੇ ਜਨਮ ਨਹੀਂ ਲਿਆ। ਬੜੇ ਪੀਰ ਫਕੀਰ ਮਨਾਏ, ਦੇਵੀ ਦੇਵਤੇ ਮਨਾਏ, ਕਿਤੋਂ ਵੀ ਖੈਰ ਨਾ ਪਈ। ਆਖਿਰਕਾਰ ਕਿਸੇ ਗੁਰਸਿੱਖ ਨੇ ਕਿਹਾ ਕਿ ਜੇ ਪੁੱਤਰ ਲੈਣਾ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੇਵਾ ਕਰੋ, ਦੋਨੇ ਜੀ ਜਾਓ। ਹੁਣ ਭਾਈ ਆਦਮ ਅਤੇ ਉਹਨਾਂ ਦੇ ਘਰੋਂ ਦੰਪਤੀ ਦੋਨੋਂ ਜੋੜਾ ਇੱਥੇ ਆ ਗਏ। ਬਾਬੇ ਆਦਮ ਦੇ ਘਰ ਵਾਲੀ ਲੰਗਰ ਵਿੱਚ ਬਰਤਨ ਮਾਂਜਦੀ ਹੈ, ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਦੀ ਹੈ। ਭਾਈ ਆਦਮ ਸੁੱਕਾ ਬਾਲਣ ਜੰਗਲ ਵਿੱਚੋਂ ਲਿਆ ਕੇ ਲੰਗਰ ਦੇ ਵਿੱਚ ਹਾਜ਼ਰ ਕਰਦੇ ਹੈ। ਬੜੀ ਘਾਲਣਾ ਘਾਲੀ। ਇੱਕ ਦਿਨ ਠੰਡ ਦੇ ਦਿਨਾਂ ਵਿੱਚ ਬਰਸਾਤ ਹੋਈ, ਸੰਗਤਾਂ ਦੂਰ ਦਰੇਡੇ ਤੋਂ ਆਈਆਂ ਹੋਈਆਂ ਸਨ। ਵੇਖਿਆ ਕਿ ਸੰਗਤਾਂ ਲਈ ਨਿੱਘ ਪਟਾਉਣ ਵਾਸਤੇ ਕੋਈ ਛੇਤੀ ਸਾਧਨ ਨਹੀਂ ਬਣ ਸਕਦਾ। ਭਾਈ ਆਦਮ ਇਹ ਨਿੱਤ ਦੀ ਸੇਵਾ ਦੇ ਨਾਲ ਨਾਲ ਇੱਕ ਸ਼ੁਭ ਕਰਮ ਇਹ ਵੀ ਕਰਦੇ ਸਨ ਕਿ ਇੱਕ ਬਾਲਣ ਦਾ ਭਾਰ ਲੰਗਰ ਵਿੱਚ, ਇੱਕ ਬਾਲਣ ਦਾ ਭਾਰ ਜਿੱਥੇ ਰਹਿੰਦੇ ਉੱਥੇ ਜਮ੍ਹਾਂ ਕਰਕੇ ਰੱਖਦੇ ਕਿ ਜਲਦੀ ਜੇ ਕਿਤੇ ਲੋੜ ਲੰਗਰ ਵਿੱਚ ਸੰਗਤ ਜ਼ਿਆਦਾ ਆ ਜਾਏ, ਬਾਲਣ ਦੀ ਲੋੜ ਪਵੇ ਤਾਂ ਮੈਂ ਮੌਕੇ 'ਤੇ ਲਿਜਾ ਕੇ ਹਾਜ਼ਰ ਕਰਾਂ। ਭਾਈ ਆਦਮ ਦੇ ਮਨ ਵਿੱਚ ਸਤਿਗੁਰੂ ਨੇ ਸ਼ੁਭ ਪ੍ਰੇਰਨਾ ਪੈਦਾ ਕੀਤੀ। ਸਾਧ ਸੰਗਤ ਜੀ, ਜਦੋਂ ਮਨੁੱਖ ਦੇ ਚੰਗੇ ਕਰਮ ਜਾਗਦੇ ਹੈ ਨਾ, ਤਾਂ ਉਹਦੇ ਮਨ ਵਿੱਚ ਚੰਗੇ ਸ਼ੁਭ ਪਵਿੱਤਰ ਸੰਕਲਪ ਪੈਦਾ ਹੋਣ ਲੱਗ ਜਾਂਦੇ ਹੈ। ਜਦੋਂ ਕਿਸੇ ਦੇ ਭਾਗ ਜਾਗਦੇ ਹੈ ਨਾ, ਉਹਦੇ ਮਨ ਵਿੱਚੋਂ ਬੁਰੇ ਸੰਕਲਪ, ਬੁਰੇ ਫੁਰਨੇ, ਮਾੜੇ ਖਿਆਲ ਆਪਣੇ ਆਪ ਚਲੇ ਜਾਂਦੇ ਹੈ, ਚੰਗੇ ਖਿਆਲ ਉਹਦੇ ਮਨ ਵਿੱਚ ਆਉਣ ਲੱਗ ਜਾਂਦੇ ਹੈ। ਭਾਗ ਜਾਗੇ, ਕਹਿੰਦਾ ਮਨਾ ਬਾਲਣ ਬੜਾ ਜਮ੍ਹਾਂ ਕੀਤਾ, ਸੰਗਤ ਦੀ ਸੇਵਾ ਵਿੱਚ ਲੇਖੇ ਲਾਓ। ਥਾਂ ਥਾਂ ਧੂਣੀਆਂ ਬਾਲ ਦਿੱਤੀਆਂ, ਸਾਰੀ ਸੰਗਤ ਆਲੇ ਦੁਆਲੇ ਬੈਠ ਕੇ ਬੜਾ ਨਿੱਘ ਲੈ ਰਹੀ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਵੇਖਿਆ, ਜਾਣੀ ਜਾਣ ਹਨ ਕਿ ਸੰਗਤ ਬੜੀ ਪ੍ਰਸੰਨ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਤੀਸਰੇ ਗੁਰਦੇਵ ਜੀ ਦਾ ਇਹ ਬਚਨ ਸੀ ਕਿ ਸਾਡੀ ਪ੍ਰਸੰਨਤਾ ਉਸ ਪ੍ਰਾਣੀ ਦੇ ਉੱਤੇ ਜਿਹਦੇ ਉੱਤੇ ਸੰਗਤ ਦੀ ਖੁਸ਼ੀ ਹੈ। ਮਹਾਰਾਜ ਨੂੰ ਪੁੱਛਿਆ ਸੀ, ਮਹਾਰਾਜ ਤੁਸੀਂ ਪ੍ਰਸੰਨ ਕਿਹਦੇ 'ਤੇ ਹੁੰਦੇ ਹੋ? ਕਹਿੰਦੇ ਭਾਈ, ਜਿਹਤੇ ਸੰਗਤ, ਜਿਹਤੇ ਗੁਰੂ ਕੇ ਸਿੱਖ ਪ੍ਰਸੰਨ ਹੋ ਜਾਂਦੇ ਉਹਦੇ 'ਤੇ ਸਾਡੀਆਂ ਖੁਸ਼ੀਆਂ ਹਨ, ਜਿਹਤੇ ਸੰਗਤ ਦੀ ਨਾਰਾਜ਼ਗੀ ਉਹਦੇ 'ਤੇ ਸਾਡੀ ਨਾਰਾਜ਼ਗੀ ਹੈ। ਇਸ ਕਰਕੇ ਮਹਾਰਾਜ ਬੜੇ ਪ੍ਰਸੰਨ ਹੋਏ ਕਿ ਸੰਗਤ ਦੀ ਪ੍ਰਸੰਨਤਾ ਲਈ। ਸਿੱਖਾਂ ਨੂੰ ਬੁਲਾ ਕੇ ਕਹਿਣ ਲੱਗੇ, ਸੇਵਾ ਕਿਸ ਨੇ ਕੀਤੀ ਹੈ? ਇੱਕ ਸਿੱਖ ਨੇ ਦੱਸਿਆ, ਮਹਾਰਾਜ ਮਾਲਵੇ 'ਚੋਂ ਇੱਕ ਬਜ਼ੁਰਗ ਜੋੜਾ ਆਇਆ, ਉਹਦਾ ਨਾਂ ਭਾਈ ਆਦਮ ਹੈ, ਉਹਨਾਂ ਨੇ ਸੇਵਾ ਕੀਤੀ ਹੈ ਔਰ ਬੜੇ ਲੰਮੇ ਸਮੇਂ ਤੋਂ ਇੱਥੇ ਰਹਿ ਕੇ ਲੰਗਰ ਦੀ ਸੇਵਾ ਕਰ ਰਹੇ ਹੈ। ਸਤਿਗੁਰੂ ਕਹਿੰਦੇ, ਭਾਈ ਕੱਲ੍ਹ ਨੂੰ ਉਹਨਾਂ ਨੂੰ ਦੀਵਾਨ ਵਿੱਚ ਲੈ ਕੇ ਆਇਓ। ਦੂਸਰੇ ਦਿਨ ਦੀਵਾਨ ਵਿੱਚ ਲਿਆਂਦਾ ਗਿਆ। ਸਤਿਗੁਰੂ ਜੀ ਕਹਿਣ ਲੱਗੇ, ਸਿੱਖਾ ਮੰਗ, ਤੇਰੇ ਮਨ ਦੀ ਕੀ ਇੱਛਾ, ਕੀ ਮਨੋਰਥ ਹੈ ਗੁਰੂ ਘਰ ਦੇ ਵਿੱਚੋਂ, ਕਰਾ ਅਰਦਾਸ। ਤੂੰ ਸੰਗਤ ਦੀ ਖੁਸ਼ੀ ਲੈ ਲਈ, ਅਸੀਂ ਤੇਰੇ 'ਤੇ ਬਹੁਤ ਪ੍ਰਸੰਨ ਹਾਂ, ਤੇਰੀ ਸੇਵਾ ਥਾਂ ਪੈ ਗਈ। ਆਪਣਾ ਦੁੱਧ ਚਿੱਟਾ ਦਾੜਾ ਸੁੰਦਰ ਅਤੇ ਬਜ਼ੁਰਗੀ ਸਰੀਰ ਦੀ ਅਵਸਥਾ ਵੇਖ ਕੇ ਸੰਕੋਚ ਕਰ ਗਿਆ।
ਪੁੱਤਰ ਨਾ ਮੰਗਿਆ, ਕਿਰਪਾ ਹੀ ਮੰਗੀ। ਮਹਾਰਾਜ ਜਾਣਦੇ ਸਨ, ਕਹਿਣ ਲੱਗੇ ਇੱਕ ਮੌਕਾ ਹੋਰ ਦਿੰਦੇ ਹਾਂ, ਕੱਲ ਨੂੰ ਆਪਣੀ ਧਰਮ ਸੁਪਤਨੀ ਨੂੰ ਵੀ ਨਾਲ ਲੈ ਕੇ ਆਈ, ਇੱਕ ਮੌਕਾ ਹੋਰ ਤੈਨੂੰ ਦਿੱਤਾ ਜਾਂਦਾ। ਜਦੋਂ ਘਰੇ ਆਏ ਜਿੱਥੇ ਨਿਵਾਸ ਸੀ, ਘਰ ਵਾਲੀ ਨੇ ਪੁੱਛਿਆ ਕਿ ਸਤਿਗੁਰੂ ਤੋਂ ਦਾਤ ਮੰਗੀ ਕਿ ਨਹੀਂ ਮੰਗੀ। ਕਹਿਣ ਲੱਗੇ ਮੈਂ ਆਪਣਾ ਸਫੇਦ ਚਿੱਟਾ ਦਾੜਾ, ਦੁੱਧ ਵਰਗਾ ਦਾੜਾ ਵੇਖ ਕੇ ਸੰਕੋਚ ਕਰ ਗਿਆ ਕਿ ਸੰਗਤ ਕੀ ਆਖੇਗੀ, ਇਤਨੀ ਉਮਰ ਬੁਢੇਪੇ ਦੀ ਵਿੱਚ ਅਜੇ ਵੀ ਪੁੱਤਰ ਦੀ ਲਾਲਸਾ, ਪੁੱਤਰ ਮੰਗਦਾ, ਮੈਂ ਸੰਕੋਚ ਕਰ ਗਿਆ, ਬਹੁਤ ਉਦਾਸ ਹੋਏ। ਕਹਿਣ ਲੱਗੇ ਮੌਕਾ ਹੱਥੋਂ ਗੁਆਤਾ। ਕਹਿਣ ਲੱਗੇ ਚਿੰਤਾ ਨਾ ਕਰ, ਉਦਾਸ ਨਾ ਹੋ, ਸਤਿਗੁਰੂ ਨੇ ਕੱਲ੍ਹ ਨੂੰ ਇੱਕ ਦਿਨ ਹੋਰ ਮੌਕਾ ਦਿੱਤਾ। ਦੂਸਰੇ ਦਿਨ ਦੋਨੋਂ ਹੀ ਆਏ, ਮੱਥਾ ਟੇਕਿਆ, ਸਤਿਗੁਰੂ ਮੁਸਕਰਾਏ, ਕਹਿਣ ਲੱਗੇ ਮੰਗ ਭਾਈ ਆਦਮ, ਕੀ ਤੇਰੀ ਇੱਛਾ ਹੈ? ਕਹਿਣ ਲੱਗੇ ਦੋਨੋਂ ਜੀ, ਮਹਾਰਾਜ ਪੁੱਤਰ ਦੀ ਦਾਤ ਬਖਸ਼ ਦਿਓ, ਸਾਡੇ ਘਰ ਵਿੱਚ ਤੁਸੀਂ ਧਨ ਪਦਾਰਥ ਜਾਇਦਾਦ ਸਾਰੇ ਸੁੱਖ ਬਖਸ਼ੇ, ਪਰ ਪੁੱਤਰ ਨਹੀਂ ਹੈ, ਪੁੱਤਰ ਦਾ ਦਾਨ ਬਖਸ਼ੋ। ਸਤਿਗੁਰੂ ਜੀ ਨੇ ਨੇਤਰ ਬੰਦ ਕੀਤੇ, ਕਹਿਣ ਲੱਗੇ ਤੁਹਾਡੇ ਕਰਮਾਂ 'ਚ ਵਾਹਿਗੁਰੂ ਨੇ ਦਾਤ ਪੁੱਤਰ ਦੀ ਨਹੀਂ ਲਿਖੀ, ਪਰ ਭਗਤੀ ਦੀ ਅੰਸ਼ ਵਿੱਚੋਂ ਅਸੀਂ ਤੁਹਾਨੂੰ ਪੁੱਤਰ ਦੀ ਦਾਤ ਬਖਸ਼ਦੇ ਹਾਂ, ਨਾਮ ਭਾਈ ਭਗਤੂ ਰੱਖਿਓ। ਉਹਨਾਂ ਦੇ ਘਰ ਵਿੱਚ ਭਾਈ ਭਗਤੂ ਜੀ ਹੋਏ, ਇੰਦਰਜਿਤ ਮਹਾਂਪੁਰਖ, 100 ਸਾਲ ਤੋਂ ਉੱਤੇ ਉਮਰ ਹੋਈ, ਔਰ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ 7ਵੇਂ ਪਾਤਸ਼ਾਹ ਜੀ ਤੱਕ ਉਹਨਾਂ ਦਾ ਸਰੀਰ ਰਿਹਾ। ਉਹਨਾਂ ਦੇ ਘਰ ਵਿੱਚ 2 ਪੁੱਤਰ ਪੈਦਾ ਹੋਏ, ਭਾਈ ਗੌਰਾ ਅਤੇ ਭਾਈ ਜੀਵਨ। ਭਾਈ ਜੀਵਨ ਜੀ ਨੇ ਵੀ 7ਵੇਂ ਪਾਤਸ਼ਾਹ ਜੀ ਦੀ ਆਗਿਆ 'ਚ ਰਹਿ ਕੇ ਸੇਵਾ ਕੀਤੀ, ਹੁਕਮ ਮੰਨਿਆ। ਭਾਈ ਜੀਵਨ ਦੇ ਅੱਗੇ ਪਰਿਵਾਰ ਵਿੱਚੋਂ ਸਾਧ ਸੰਗਤ ਜੀ, ਭਾਈ ਫਤਿਹ ਸਿੰਘ, ਭਾਈ ਰਾਮ ਸਿੰਘ ਔਰ ਉਹਨਾਂ ਦੀ ਮਤਰੇਈ ਮਾਂ ਦੇ 2 ਪੁੱਤਰ ਭਾਈ ਬਖਤੂ ਸਿੰਘ, ਭਾਈ ਤਖਤੂ ਸਿੰਘ ਹੋਏ, ਔਰ ਭਾਈ ਗੌਰੇ ਦਾ ਪੁੱਤਰ, ਭਾਈ ਭਗਤੂ ਦਾ ਪੋਤਰਾ ਦਿਆਲ ਦਾਸ ਇਹਨਾਂ ਦੇ ਘਰ ਵਿੱਚ ਪੈਦਾ ਹੋਇਆ। ਜਦੋਂ 10ਮ ਪਿਤਾ ਜੀ ਤਖਤ ਸ੍ਰੀ ਦਮਦਮਾ ਸਾਹਿਬ ਗਏ, ਉਦੋਂ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਬੇਨਤੀ ਕਰਨ ਤੋਂ ਬਠਿੰਡਾ ਜਿਹੜਾ ਨਗਰ ਮਹਾਨ ਜ਼ਿਲ੍ਹਾ ਹੈ, ਇਸ ਸ਼ਹਿਰ ਵਿੱਚ ਚਰਨ ਪਾਏ, ਪ੍ਰੇਤ ਦਾ ਉਧਾਰ ਕੀਤਾ, ਤਾਂ ਜਿੱਥੇ ਜਿੱਥੇ ਵੀ ਅੱਗੇ ਨਗਰ ਸਨ, ਸਾਰੀਆਂ ਸੰਗਤਾਂ ਆਪੋ ਆਪਣੇ ਨਗਰਾਂ ਵਿੱਚ ਸਤਿਗੁਰਾਂ ਨੂੰ ਚਰਨ ਪਾਉਣ ਵਾਸਤੇ ਲੈ ਕੇ ਗਈਆਂ। ਔਰ ਭਾਈ ਰਾਮ ਸਿੰਘ ਵੀ ਬੇਨਤੀ ਕਰਕੇ, ਜੋ ਅੰਮ੍ਰਿਤਧਾਰੀ ਸੀ, ਸਤਿਗੁਰੂ ਜੀ ਦੀ ਆਗਿਆ ਵਿੱਚ ਸੇਵਾ ਕਰਦਾ ਸੀ, ਭਾਈ ਕੇ ਚੱਕ ਵਿਖੇ ਲੈ ਕੇ ਗਿਆ। ਸਤਿਗੁਰੂ ਜੀ ਦੀ ਬੜੀ ਸ਼ਰਧਾ ਭਾਵਨਾ ਨਾਲ ਸਾਰੇ ਭਰਾਵਾਂ ਨੇ ਮਿਲ ਕੇ ਸੇਵਾ ਕੀਤੀ। ਪੁੱਛੋ ਨਗਰ ਤੋਂ ਭਾਈ ਦਿਆਲ ਦਾਸ ਵੀ ਆਇਆ। ਭਾਈ ਦਿਆਲ ਦਾਸ ਨੇ ਸਤਿਗੁਰੂ ਨੂੰ ਨਮਸਕਾਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨਤਾ ਦੇ ਘਰ ਵਿੱਚ ਆਏ, ਕਹਿੰਦੇ ਦਿਆਲ ਦਾਸ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ। ਕਹਿਣ ਲੱਗਾ ਸੱਚੇ ਪਾਤਸ਼ਾਹ, ਅਸੀਂ ਤਾਂ ਕਦੀਮੀ ਪੀੜ੍ਹੀ ਦਰ ਪੀੜ੍ਹੀ ਸਿੱਖ ਹਾਂ, ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਸਾਬਤ ਸੂਰਤ ਦਾੜਾ ਕੇਸ ਹੈ, ਬਾਣੀ ਪੜ੍ਹਦੇ ਹਾਂ, ਕੋਈ ਨਸ਼ਾ ਨਹੀਂ ਵਰਤਦੇ, ਸਤ ਸੰਗਤ ਕਰਦੇ ਹਾਂ, ਤੁਹਾਨੂੰ ਹੀ ਆਪਣਾ ਗੁਰੂ ਮੰਨਦੇ ਹਾਂ, ਸਾਨੂੰ ਅੰਮ੍ਰਿਤ ਛਕਣ ਦੀ ਲੋੜ ਨਹੀਂ। ਮਹਾਰਾਜ ਕਹਿੰਦੇ ਨਹੀਂ ਦਿਆਲ ਦਾਸ, ਤੂੰ ਅਜੇ ਨਗੁਰਾ,
ਅੰਮ੍ਰਿਤ ਛਕੇ ਤੋਂ ਬਿਨਾਂ ਸਿੱਖ ਗੁਰੂ ਵਾਲਾ ਨਹੀਂ ਬਣਦਾ, ਇਸ ਕਰਕੇ ਅੰਮ੍ਰਿਤ ਛਕ ਲੈ। ਜਵਾਬ ਦੇ ਦਿੱਤਾ ਮਾੜੇ ਕਰਮ। ਅਖੀਰ ਭਾਈ ਰਾਮ ਸਿੰਘ ਨੇ ਬੜੀਆਂ ਬੇਨਤੀਆਂ ਕੀਤੀਆਂ, ਸਮਝਾਇਆ ਪਰ ਮੰਨਿਆ ਨਾ। ਫਿਰ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਨਗਰ ਵਿੱਚ ਚਰਨ ਤਾਂ ਪਾਓ, ਪੁੱਛੋ ਕਿ ਨਗਰ ਵਿੱਚ। ਸਤਿਗੁਰੂ ਜੀ ਨੇ ਕੋਈ ਬਚਨ ਨਹੀਂ ਕੀਤਾ, ਜਵਾਬ ਨਹੀਂ ਦਿੱਤਾ, ਚੁੱਪ ਕਰ ਗਏ। ਭਾਈ ਰਾਮ ਸਿੰਘ ਕਹਿਣ ਲੱਗੇ, ਚਾਚਾ ਜੀ ਜਾਓ ਤੁਸੀਂ ਪ੍ਰੇਮ ਨਾਲ ਲੰਗਰ ਤਿਆਰ ਕਰੋ, ਅਸੀਂ ਸਤਿਗੁਰਾਂ ਨੂੰ ਲੈ ਕੇ ਆਉਂਦੇ ਹਾਂ। ਦੂਸਰੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਨਿਤਨੇਮ ਦੀਵਾਨ ਦੀ ਮਰਜ਼ਾਦਾ ਤੋਂ ਅੱਗੇ ਸਤਿਗੁਰੂ ਜੀ ਜਦੋਂ ਅਗਲੇ ਨਗਰਾਂ ਨੂੰ ਤੁਰੇ, ਪੁੱਛੋ ਕਿ ਨਗਰ ਵਿੱਚ ਗਏ। ਗਰਮੀ ਦੀ ਰੁੱਤ ਹੈ, ਘੋੜਾ ਪਿਆਸਾ ਹੈ, ਬੜਾ ਡੂੰਘਾ ਸਾਫ ਨਿਰਮਲ ਜਲ ਦਾ ਤਲਾਬ ਭਰਿਆ ਹੋਇਆ ਹੈ। ਘੋੜੇ ਨੂੰ ਪਿਆਸਾ ਜਾਣ ਕੇ ਸਤਿਗੁਰੂ ਜੀ ਨੇ ਪਾਣੀ ਦੇ ਠੰਡੇ ਨਿਰਮਲ ਜਲ ਦੇ ਤਲਾਬ ਵੱਲ ਨੂੰ ਪ੍ਰੇਰਿਆ। ਜਦੋਂ ਘੋੜਾ ਉਸ ਪਾਣੀ ਦੇ ਤਲਾਬ ਵਿੱਚ ਗਿਆ, ਗੋਡੇ ਗੋਡੇ ਪਾਣੀ ਤੱਕ ਜਦੋਂ ਅੰਦਰ ਗਿਆ, ਪਾਣੀ ਨੂੰ ਸੁੰਘ ਕੇ ਘੋੜਾ ਪਿੱਛੇ ਨੂੰ ਮੁੜ ਪਿਆ, ਪਾਣੀ ਪੀਤਾ ਨਾ, ਉਵੇਂ ਪਿਆਸਾ ਰਿਹਾ। ਸਿੱਖਾਂ ਨੇ ਪੁੱਛਿਆ, ਮਹਾਰਾਜ ਘੋੜਾ ਪਿਆਸਾ ਸੀ, ਜਲ ਕਿਉਂ ਨਹੀਂ ਛਕਿਆ? ਕਹਿਣ ਲੱਗੇ, ਭਾਈ ਇਸ ਨਗਰ ਵਿੱਚ ਇੱਕ ਨਗੋਰਾ ਦਿਆਲ ਦਾਸ ਮਸੰਦ ਰਹਿੰਦਾ, ਉਸ ਦੀ ਨਗੋਰੇ ਪੁਣੇ ਦੀ ਜੂਠ ਘਰ ਵਿੱਚੋਂ ਨਗਰ ਦੇ ਵਿੱਚ ਨਗਰ ਵਿੱਚੋਂ ਇਸ ਤਲਾਬ ਵਿੱਚ ਪਈ ਹੈ, ਇਸ ਕਰਕੇ ਨਗੋਰੇ ਦਾ ਅਣਜਲ ਗੁਰਸਿੱਖ ਨੇ ਤਾਂ ਕੀ ਗ੍ਰਹਿਣ ਕਰਨਾ? ਇਹ ਸਾਡੀ ਅਸਵਾਰੀ ਕਰਨ ਵਾਲੇ ਘੋੜੇ, ਇਹਨਾਂ ਨੂੰ ਵੀ ਗੁਰੂ ਘਰ ਦੀ ਸੇਵਾ ਕਰਕੇ ਇੰਨੀ ਸੋਝੀ ਆ ਗਈ, ਇਹ ਵੀ ਉਹਦਾ ਅਣਜਲ ਗ੍ਰਹਿਣ ਕਰਨ ਨੂੰ ਤਿਆਰ ਨਹੀਂ, ਇਹ ਨਹੀਂ ਜਲ ਗ੍ਰਹਿਣ ਕਰੇਗਾ। ਬੇਨਤੀਆਂ ਕੀਤੀਆਂ, ਮਹਾਰਾਜ ਲੰਗਰ ਤਿਆਰ ਹੈ। ਸਤਿਗੁਰੂ ਕਹਿਣ ਲੱਗੇ, ਅੰਮ੍ਰਿਤ ਛਕੇਗਾ ਤਾਂ ਲੰਗਰ ਛਕਾਂਗੇ, ਨਹੀਂ ਤੇਰੀ ਮਰਜ਼ੀ। ਚੁੱਪ ਕਰ ਗਿਆ। ਸਤਿਗੁਰੂ ਅੱਗੇ ਨੂੰ ਤੁਰ ਪਏ। ਭਾਈ ਰਾਮ ਸਿੰਘ ਨੇ ਕਿਹਾ, ਗੱਡੇ 'ਚ ਨਾਲ ਹੀ ਪ੍ਰਸ਼ਾਦਾ ਸਾਰਾ ਤਿਆਰ ਕੀਤਾ ਕਤਾਇਆ, ਲੰਗਰ ਰੱਖ ਲਓ, ਆਪਾਂ ਕਿਤੇ ਨਾ ਕਿਤੇ ਤਾਂ ਸਤਿਗੁਰੂ ਨੂੰ ਬੇਨਤੀਆਂ ਕਰਕੇ ਮਨਾਵਾਂਗੇ ਹੀ, ਪ੍ਰਸੰਨ ਕਰਾਂਗੇ ਹੀ ਨਾ। ਇਉਂ ਸਾਧ ਸੰਗਤ ਜੀ ਜਦੋਂ ਮਗਰ ਮਗਰ ਤੁਰਿਆ, ਹਰ ਥਾਂ 'ਤੇ ਹਰ ਪੜਾਅ 'ਤੇ ਬੇਨਤੀਆਂ ਕਰਿਆ ਕਰੇ। ਸੱਤ ਦਿਨ ਗੁਜ਼ਰ ਗਏ, ਇਤਿਹਾਸ ਵਿੱਚ ਆਉਂਦਾ। ਇੱਕ ਦਿਨ ਭਾਈ ਰਾਮ ਸਿੰਘ ਕਹਿਣ ਲੱਗੇ, ਚਾਚਾ ਹੱਠ ਕਿਉਂ ਕਰਦਾ? ਗੁਰੂ ਸਾਹਿਬ ਦੀ ਖੁਸ਼ੀ ਕਿਉਂ ਨਹੀਂ ਲੈਂਦਾ? ਨਗੁਰੇ ਪੁਣੇ ਦੀ ਜੂਠ ਲਾ ਲੈ, ਅੰਮ੍ਰਿਤ ਛਕ ਲੈ, ਮਹਾਰਾਜ ਦੀਆਂ ਖੁਸ਼ੀਆਂ ਹੋ ਜਾਣਗੀਆਂ। ਦਰਸ਼ਨ ਕਰਦਿਆਂ, ਸੰਗਤ ਕਰਦਿਆਂ ਮਾੜੇ ਕਰਮਾਂ ਦੀ ਮੈਲ ਦੂਰ ਹੋਈ। ਹੱਥ ਜੋੜ ਕੇ ਖੜ ਗਿਆ, ਮਹਾਰਾਜ ਛਕਾਓ ਖੰਡੇ ਬਾਟੇ ਦਾ ਅੰਮ੍ਰਿਤ। ਜੇ ਅੰਮ੍ਰਿਤ ਛਕਣ ਨਾਲ ਤੁਹਾਡੀ ਖੁਸ਼ੀ ਹੈ ਤਾਂ ਮੈਂ ਇਸ ਖੁਸ਼ੀ ਨੂੰ ਆਪਣੀ ਝੋਲੀ ਵਿੱਚ ਪਾਉਣ ਵਾਸਤੇ ਹਾਜ਼ਰ ਹਾਂ। ਮਹਾਰਾਜ ਕਹਿਣ ਲੱਗੇ, ਇਕੱਲੇ ਨੂੰ ਨਹੀਂ, ਸਾਰਾ ਪਰਿਵਾਰ। ਕਈ ਵਾਰ ਇਕੱਲੇ ਹੀ ਅੰਮ੍ਰਿਤ ਛਕ ਲੈਂਦੇ ਆ, ਕਹਿੰਦੇ ਸਾਡਾ ਪ੍ਰਵਾਨ ਹੈ। ਨਹੀਂ ਭਾਈ, ਗ੍ਰਿਸਤੀ ਗੁਰਸਿੱਖ ਨੂੰ ਜੋੜੇ ਨੂੰ ਅੰਮ੍ਰਿਤ ਛਕਣਾ ਚਾਹੀਦਾ, ਦੋਨਾਂ ਦਾ ਹੀ ਭਲਾ ਕਰਨਾ, ਬਲਕਿ ਸਾਰਾ ਪਰਿਵਾਰ ਹੀ ਸਿੱਖਾਂ ਦਾ ਅੰਮ੍ਰਿਤਧਾਰੀ ਹੋਣਾ ਚਾਹੀਦਾ। ਗੁਰੂ ਸਾਹਿਬ ਕਿਰਪਾ ਕਰਨ, ਅਰਦਾਸ ਕਰਿਆ ਕਰੀਏ ਹਮੇਸ਼ਾ ਕਿ ਸਾਡੇ ਬੱਚੇ ਬੱਚੀਆਂ ਗੁਰਸਿੱਖੀ ਧਾਰਨ ਕਰਨ। ਮਹਾਰਾਜ ਕਹਿਣ ਲੱਗੇ, ਇਕੱਲੇ ਨੂੰ ਨਹੀਂ ਛਕਾਉਣਾ, ਸਾਰਾ ਪਰਿਵਾਰ, ਸਾਰੇ ਸਾਕ ਸੰਬੰਧੀ ਲੈ ਕੇ ਆ। ਸਾਰਿਆਂ ਨੂੰ ਲੈ ਕੇ ਆਇਆ, ਅੰਮ੍ਰਿਤ ਛਕਾਇਆ। ਮਹਾਰਾਜ ਕਹਿੰਦੇ, ਦਿਆਲ ਦਾਸ ਲਿਆ ਤੇਰਾ ਲੰਗਰ ਛਕੀਏ। ਕਹਿਣ ਲੱਗਾ, ਮਹਾਰਾਜ 7 ਦਿਨ ਹੋ ਗਏ, ਪ੍ਰਸ਼ਾਦੇ ਵੀ ਅਤੇ ਲੰਗਰ ਵਿੱਚ ਵੀ, ਪ੍ਰਸ਼ਾਦ ਵਿੱਚ ਵੀ, ਦਾਲੇ ਭਾਜੇ ਵਿੱਚ ਵੀ, ਸੱਚੇ ਪਾਤਸ਼ਾਹ ਬਦਬੋ ਆਉਣ ਲੱਗ ਪਈ ਹੈ।
ਲੰਗਰ ਤਾਜ਼ਾ ਤਿਆਰ ਕਰਕੇ ਲਿਆਵਾਂਗਾ, ਉਹ ਛਕਿਓ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਦੀ ਸ਼ਕਤੀ ਵੇਖ, ਸਤਨਾਮ ਵਾਹਿਗੁਰੂ ਕਹਿ ਕੇ ਉੱਤੋਂ ਬਸਤਰ ਚੁੱਕ। ਜਦੋਂ ਸਤਨਾਮ ਵਾਹਿਗੁਰੂ ਕਹਿ ਕੇ ਬਸਤਰ ਚੁੱਕਿਆ ਤਾਂ ਸਾਧ ਸੰਗਤ ਜੀ ਜਿਵੇਂ ਤਾਜ਼ਾ ਪ੍ਰਸ਼ਾਦਾ ਬਣਿਆ ਹੁੰਦਾ ਉਵੇਂ ਵਿੱਚੋਂ ਮਹਿਕਾਂ ਆ ਰਹੀਆਂ। ਆਪ ਵੀ ਛਕਿਆ ਗਰੀਬ ਨਿਵਾਜ ਜੀ ਨੇ, ਸਾਰੀ ਸੰਗਤ ਨੂੰ, ਸਾਰੇ ਖਾਲਸੇ ਨੂੰ ਲੰਗਰ ਛਕਾਇਆ। ਮਹਾਰਾਜ ਕਹਿਣ ਲੱਗੇ ਹੁਣ ਤੇਰੇ ਤੇ ਸਾਡੀਆਂ ਅਪਾਰ ਖੁਸ਼ੀਆਂ ਹਨ। ਸੋ ਸਾਧ ਸੰਗਤ ਜੀ, ਨੁਗੁਰੇ ਪੁਣੇ ਦੀ ਜੂਠ, ਨੁਗੁਰਾ ਪੁਣਾ, ਅਣਚਾਰੀ ਕਾ ਤਾਨ, ਜਿਹਨੇ ਗੁਰੂ ਨਹੀਂ ਧਾਰਨ ਕੀਤਾ ਉਹਦੇ ਘਰ ਦਾ ਅਨਜਲ ਗ੍ਰਹਿਣ ਕਰਨਾ, ਇਹ ਵੀ ਚੌਥਾ ਪਾਪ ਹੈ। ਫਿਟਕ ਫਿਟਕਾ ਕੋੜ ਵਧੀਆ, ਸਦਾ ਸਦਾ ਅਭਿਮਾਨ, ਫਿਟਕਾਰ ਹੈ, ਸੌ ਵੇਰੀ ਫਿਟੇ ਮੂੰਹ ਕਹੋ ਇੱਕ ਲਾਹਣਤ ਬਣਦੀ ਹੈ, ਸੌ ਲਾਹਣਤ ਪਾਈ ਇੱਕ ਧ੍ਰਿਗ ਬਣਦਾ। ਇਉਂ ਸਾਧ ਸੰਗਤ ਜੀ ਕਹਿੰਦੇ ਜਿਹਨੇ ਬ੍ਰਹਮ ਗਿਆਨੀ ਦਾ ਕਤਲ ਕੀਤਾ ਉਹਨੂੰ ਵੀ ਫਿਟਕਾਰਾਂ ਪੈਂਦੀਆਂ, ਜਿਹਨੇ ਗਊ ਦਾ ਕਤਲ ਕੀਤਾ ਉਹਨੂੰ ਵੀ ਫਿਟਕਾਰਾਂ ਪੈਂਦੀਆਂ। ਔਰ ਇਸੇ ਤਰ੍ਹਾਂ ਲੜਕੀ ਨੂੰ ਮਾਰਨ ਵਾਲੇ ਦੇ ਉੱਤੇ ਫਿਟਕ ਫਿਟਕਾ ਕੋੜ ਵਧੀਆ, ਕਰੋੜਾਂ ਗੁਨਾਹਾਂ ਦਾ ਪਾਪ, ਵਧੀਆ ਨਾਮ ਗੁਨਾਹ ਹੁੰਦੇ ਆ, ਕਰੋੜਾਂ ਕੀਤੇ ਹੋਏ ਪਾਪਾਂ ਦਾ ਗੁਨਾਹ ਉਹਦੇ ਸਿਰ ਤੇ ਪੈਂਦਾ। ਤੇ ਅਣਚਾਰੀ ਜਿਹੜਾ ਨਗੁਰਾ, ਉਹ ਆਪਣੇ ਅਭਿਮਾਨ ਹੰਕਾਰ ਵਿੱਚ ਹੀ ਡੁੱਬ ਕੇ ਮਹਾਰਾਜ ਕਹਿੰਦੇ ਮਰ ਜਾਂਦਾ, ਜਿਹੜਾ ਗੁਰੂ ਨਹੀਂ ਧਾਰਨ ਕਰਦਾ। ਇਸ ਕਰਕੇ ਚਾਰ ਕਿਲਬਖ ਪਾਪ ਮੰਨੇ ਹੈ, ਪਰ ਨਾਮ ਦੀ ਕਿਰਪਾ ਜਿਹੜੇ ਗੁਰੂ ਵਾਲੇ ਬਣ ਗਏ, ਗੁਰੂ ਨੇ ਕਿਰਪਾ ਦਾ ਹੱਥ ਰੱਖ ਦਿੱਤਾ, ਉਹਨਾਂ ਦੇ ਜਨਮਾਂ ਜਨਮਾਂ ਦੇ ਕਿਲਬਖ ਪਾਪ ਜਿਹੜੇ ਕੱਟੇ ਗਏ, ਦੁੱਖ ਉਤਰੇ, ਜੰਮਣ ਮਰਨ ਦੇ ਉਹਨਾਂ ਦੇ ਦੁੱਖ ਉਤਰ ਗਏ, ਲੈ ਗਏ ਹਨ ਗੁਰਨਾਮ ਦੀ ਓਰ ਇਨ ਲਾਥਾ। ਸਤਿਗੁਰਾਂ ਨੇ ਜਿਹੜਾ ਨਾਮ ਦੇ ਦਿੱਤਾ ਨਾ ਸਿੱਖ ਨੂੰ, ਇਸ ਸਮੁੱਚੀ ਲੁਕਾਈ ਨੂੰ, ਨਾਮ ਦੀਆਂ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ, ਇਹਦੇ ਨਾਲ ਸਾਰੇ ਕਰਜ਼ੇ ਲੈ ਜਾਂਦੇ ਆ। ਸਾਧ ਸੰਗਤ ਜੀ, ਲੋਕ ਦੰਡ, ਦੇਵ ਦੰਡ, ਪਿੱਤਰ ਦੰਡ, ਰਾਜ ਦੰਡ, ਇਹ ਰਿਣ ਕਰਜ਼ੇ ਮੰਨੇ ਆ। ਵਿਆਖਿਆ ਕਰਨ ਦਾ ਹੁਣ ਸਮਾਂ ਨਹੀਂ ਰਹਿ ਗਿਆ। ਇਸ ਕਰਕੇ ਸਾਰੇ ਕਰਜ਼ੇ, ਜਨਮਾਂ ਜਨਮਾਂ ਦੇ ਪਾਪਾਂ ਦੇ ਸਾਰੇ ਕਰਜ਼ੇ ਜਿੰਨੇ ਵੀ ਹੈ, ਇਹ ਸਾਰੇ ਲੈ ਜਾਂਦੇ ਹਨ। ਇੰਨੀ ਵਾਹਿਗੁਰੂ ਦੇ ਨਾਮ ਵਿੱਚ ਸ਼ਕਤੀ ਔਰ ਬਰਕਤ ਹੈ, ਜਿਹੜਾ ਸਾਨੂੰ ਨਾਮ ਬਖਸ਼ਿਆ ਇੰਨਾ ਅਮੋਲਕ ਹੈ, ਪਰ ਸਾਨੂੰ ਕਦਰ ਨਹੀਂ ਹੈ। ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ। ਇਹ ਮੇਰਿਆ ਮਨਾ, ਉਸ ਰਮੇ ਹੋਏ ਰਮਾ ਰਮੰਤੀ ਰਾਮਾ ਰਮੇ ਵਾਹਿਗੁਰੂ ਦੇ ਨਾਮ ਦਾ ਭਜਨ ਕਰਿਆ ਕਰ। ਔਰ ਸਭ ਅਰਥਾ, ਤੇਰੇ ਸਾਰੇ ਅਰਥ, ਅਰਥ ਦਾ ਅਰਥ ਹੁੰਦਾ ਪਦਾਰਥ, ਸਾਰੇ ਪਦਾਰਥ ਤੈਨੂੰ ਨਾਮ ਵਿੱਚੋਂ ਪ੍ਰਾਪਤ ਹੋ ਜਾਣਗੇ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਣਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਣਾਂ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਧਰਮ ਅਰਥ ਅਰ ਕਾਮ ਮੋਖ, ਮੁਕਤ ਪਦਾਰਥ ਨਾਥ, ਇਹ ਅਰਥ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਵਾਹਿਗੁਰੂ ਦੇ ਭਜਨ ਵਿੱਚ ਇੰਨੀ ਸ਼ਕਤੀ ਹੈ। ਗੁਰ ਪੂਰਾ
ਹਰ ਨਾਮ ਦ੍ਰਿੜਾਇਆ। ਪੂਰੇ ਸਤਿਗੁਰਾਂ ਨੇ ਜਿਹੜਾ ਸਾਨੂੰ ਨਾਮ ਦ੍ਰਿੜ ਕਰਾ ਦਿੱਤਾ ਹੈ ਬਖਸ਼ਿਸ਼ ਕਰਕੇ, ਬਿਨ ਨਾਵੈ ਜੀਵਨ ਬਿਰਥਾ। ਜਿਹੜਾ ਭਾਈ ਇਸ ਨਾਮ ਨੂੰ ਦ੍ਰਿੜ ਕਰਕੇ, ਦ੍ਰਿੜ ਅਰਥ ਹੁੰਦਾ ਹੈ ਪੱਕਿਆਂ ਕਰਕੇ, ਢਲਿਆਈ ਨੂੰ ਆਲਸ ਨੂੰ ਛੱਡ ਕੇ ਨਾਮ ਜਪਣਾ, ਭਗਤੀ ਕਰਨੀ, ਬਾਣੀ ਪੜ੍ਹਨੀ, ਦ੍ਰਿੜਤਾ ਪੂਰਵਕ ਜਿਹੜਾ ਨਾਮ ਅਸਲੀ ਨਾਮ ਇਹ ਸਾਨੂੰ ਬਖਸ਼ਿਆ ਸਤਿਗੁਰਾਂ ਨੇ, ਜਿਹੜਾ ਭਾਈ ਇਸ ਨਾਮ ਨੂੰ ਦ੍ਰਿੜਤਾ ਪੂਰਵਕ ਜਪਦਾ ਨਹੀਂ, ਸਿਮਰਨ ਨਹੀਂ ਕਰਦਾ, ਨਾਮ ਤੋਂ ਬਿਨਾਂ ਉਹਨਾਂ ਦਾ ਜੀਵਨ ਬਿਰਥਾ ਨਿਸਫਲ ਹੀ ਚਲਿਆ ਜਾਵੇਗਾ ਪ੍ਰਾਣੀ ਦਾ। ਇਸ ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਬਿਨ ਗੁਰ ਮੂੜ ਭਏ ਹੈ ਮਨਮੁਖ। ਇਹਨਾਂ ਨੇ ਨਾਮ ਨੀ ਸਤਿਗੁਰਾਂ ਦੇ ਦਰ ਤੋਂ ਦ੍ਰਿੜ ਕੀਤਾ, ਉਹ ਮਨਮੁਖ ਬਣ ਗਏ ਹੈ। ਗੁਰੂ ਧਾਰਨ ਕੀਤਿਆਂ ਤੋਂ ਬਿਨਾਂ ਉਹ ਮਨਮੁਖ ਹਨ, ਮਨ ਵੱਲ ਮੁੱਖ ਹੈ, ਮਨ ਦੀ ਗੱਲ ਨੂੰ ਮੰਨਦੇ ਉਹ ਮਨਮੁਖ ਹਨ, ਔਰ ਸ਼ਾਸਤਰ ਗਿਆਤ ਧਰਮ ਵੱਲੋਂ ਮੂਰਖ ਹੋਏ ਹੋਏ ਹਨ। ਬੇ ਮੋਹ ਮਾਇਆ ਨਿਤ ਫਥ, ਮਾਇਆ ਦੇ ਮੋਹ ਵਿੱਚ ਨਿਤਾ ਪ੍ਰਤੀ ਹਮੇਸ਼ਾ ਫਸੇ ਹੀ ਰਹਿੰਦੇ ਹੈ ਗਲਤਾਨ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ। ਇਹਨਾਂ ਪ੍ਰਾਣੀਆਂ ਨੇ ਸਾਧੂ ਸ੍ਰੇਸ਼ਟ ਸਤਿਗੁਰਾਂ ਦੇ ਚਰਨਾਂ ਨੂੰ ਨੀ ਕਦੇ ਸੇਵਿਆ, ਭਜਨ ਨੀ ਕੀਤਾ। ਤਿੰਨ ਸਭ ਜਨਮ ਅਕਥ, ਉਹਨਾਂ ਦਾ ਸਾਰਾ ਜਨਮ ਅਕਾਰਥ ਨਿਸਫਲ ਹੀ ਚਲਿਆ ਗਿਆ। ਮਨੁੱਖਾ ਜਨਮ ਸਭ ਤੋਂ ਕੀਮਤੀ ਸੀ, ਇਹ ਨਿਸਫਲ ਹੀ ਗੁਆ ਲਿਆ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਜਿਨ੍ਹਾਂ ਨੇ ਸਾਧੂ ਜਿਨ੍ਹਾਂ ਪ੍ਰਾਣੀਆਂ ਨੇ ਸਾਧ ਸੰਗਤ ਜੀ, ਸਾਧੂ ਸਾਧਕਾਂ ਨੇ, ਸਾਧ ਸ੍ਰੇਸ਼ਟ ਸਤਿਗੁਰਾਂ ਦੇ ਪਾਵਨ ਚਰਨਾਂ ਨੂੰ ਹਮੇਸ਼ਾ ਵਾਸਤੇ ਸੇਵਿਆ ਹੈ, ਪੂਜਿਆ ਹੈ। ਤਿੰਨ ਸਫਲ ਉਹ ਜਨਮ ਸਨਾਥਾ, ਉਹਨਾਂ ਦਾ ਜਨਮ ਸਫਲਾ ਹੋ ਗਿਆ। ਸਨਾਥਾ ਦਾ ਅਰਥ ਉਹਨਾਂ ਦੀ ਕਲਿਆਣ ਹੋ ਗਈ ਹੈ। ਕਉ ਕੀਜੈ ਦਾਸ ਦਾਸ ਦਾਸਨ ਕੋ, ਮਹਾਰਾਜ ਜਿਹੜੇ ਤੁਹਾਡੇ ਦਾਸ ਹਨ, ਬਾਬਾ ਬੁੱਢਾ ਜੀ, ਭਾਈ ਸਾਲੋ, ਭਾਈ ਗੁਰਦਾਸ ਜੀ ਜੈਸੇ, ਜਾਂ ਪੰਜ ਪਿਆਰੇ ਸੱਚੇ ਪਾਤਸ਼ਾਹ ਜਿਹੜੇ ਉਹਨਾਂ ਦੇ ਦਾਸ, ਪੰਜ ਮੁਕਤੇ ਹੋਏ ਅੱਗੇ, ਮਹਾਰਾਜ ਉਹਨਾਂ ਦੇ ਵੀ ਸਾਨੂੰ ਦਾਸ ਬਣਾ ਲਓ, ਉਹਨਾਂ ਦੇ ਚਰਨਾਂ ਦੀ ਧੂੜੀ ਬਖਸ਼ ਦਿਓ। ਦਇਆ ਧਾਰ ਜਗਨਨਾਥ, ਇਹ ਜਗਤ ਦੇ ਮਾਲਕ ਸਾਡੇ ਤੇ ਐਸੀ ਕਿਰਪਾ ਦੀ ਦ੍ਰਿਸ਼ਟੀ ਦਇਆ ਦੀ ਕਰਨਾ ਕਰੋ। ਹਮ ਅੰਧਲੇ ਗਿਆਨਹੀਨ ਅਗਿਆਨੀ, ਇਹ ਸੱਚੇ ਪਾਤਸ਼ਾਹ ਅੰਧਲੇ ਹਾਂ ਅਸੀਂ, ਗਿਆਨ ਤੋਂ ਹੀਣੇ ਹਾਂ, ਇਸ ਕਰਕੇ ਸੱਚੇ ਪਾਤਸ਼ਾਹ ਸਾਡੇ ਨੇਤਰਾਂ ਦੇ ਵਿੱਚ, ਮਨ ਬੁੱਧ ਨੇਤਰਾਂ ਦੇ ਵਿੱਚ ਵਿਚਾਰ ਦੀ ਨਿਗਾਹ ਨਹੀਂ ਹੈ, ਇਸ ਕਰਕੇ ਅਸੀਂ ਅੰਨੇ ਹਾਂ, ਗਿਆਨ ਤੋਂ ਹੀਣੇ ਹਾਂ, ਗਿਆਨੀ ਹਾਂ। ਕਿਉਂ ਚੱਲ ਹੈ ਮਾਰਗ ਪੰਥਾ, ਸਾਡੇ ਭਗਤੀ ਗੁਰਸਿੱਖੀ ਮਾਰਗ ਦੇ ਪੰਥ ਰਸਤੇ ਦੇ ਉੱਤੇ ਅਸੀਂ ਕਿਵੇਂ ਚੱਲ ਸਕਦੇ ਹਾਂ ਸੱਚੇ ਪਾਤਸ਼ਾਹ? ਮਮ ਅੰਧਲੇ ਕਉ ਗੁਰ ਅੰਚਲ ਦੀਜੈ, ਇਸ ਕਰਕੇ ਮਨ ਬੁੱਧ ਨੇਤਰਾਂ ਦੇ ਵਿੱਚ ਵਿਚਾਰ ਦੀ ਨਿਗਾਹ ਨਾ ਹੋਣ ਕਰਕੇ ਅਸੀਂ ਅੰਨੇ ਹਾਂ। ਸਤਿਗੁਰੂ ਜੀ ਆਪਣੇ ਦਰ ਦਾ ਅੰਚਲ ਸਾਨੂੰ ਆਸਰਾ ਪੱਲਾ ਪਕੜਾ ਦਿਓ, ਜਿਵੇਂ ਸੂਰਮੇ ਨੂੰ ਭਾਈ ਪੱਲਾ ਪਕੜਾ ਕੇ ਅੱਗੇ ਅੱਗੇ ਪੱਲਾ ਪਕੜਨ ਵਾਲਾ ਜਿਹਨੇ ਪੱਲਾ ਪਕੜਾਇਆ ਉਹ ਤੁਰਿਆ ਜਾਂਦਾ, ਮਗਰ ਮਗਰ ਸੂਰਮਾ ਤੁਰਿਆ ਆਉਂਦਾ। ਇਸੇ ਤਰ੍ਹਾਂ ਅਸੀਂ ਭਾਈ ਮਨਬੁੱਧ ਰੂਪ ਨੇਤਰਾਂ ਵੱਲੋਂ ਅੰਨੇ ਹਾਂ, ਇਸ ਕਰਕੇ
ਸਤਿਗੁਰੂ ਮਹਾਰਾਜ ਕਿਰਪਾ ਕਰਨ ਸੁਰਤੀ ਸਿਮਰਤੀ ਰੂਪ ਨੇਤਰਾਂ ਵੱਲੋਂ। ਇਸ ਕਰਕੇ ਵੈਰਾਗ ਵਿਵੇਕ ਰੂਪ ਨੇਤਰਾਂ ਵੱਲੋਂ ਅੰਨੇ ਹਾਂ। ਇਸ ਕਰਕੇ ਮਹਾਰਾਜ ਸਾਨੂੰ ਆਪਣੇ ਗੁਰ ਸ਼ਬਦ ਦਾ ਬਾਣੀ ਦਾ ਇਹ ਅੰਚਲ ਆਸਰਾ ਪਕੜਾ ਦਿਓ, ਦੇ ਦਿਓ। ਜਨ ਨਾਨਕ ਚਲਹਿ ਮਿਲਨਥਾ। ਅਸੀਂ ਇਸ ਗੁਰਸਿੱਖੀ ਗੁਰਮਤ ਦੇ ਮਾਰਗ ਤੇ ਚੱਲ ਕੇ ਅਸੀਂ ਤੁਹਾਡੇ ਦਰ ਸਤਸੰਗਤ ਰੂਪ ਦਰ, ਤੁਹਾਡਾ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤੁਹਾਡਾ ਦਰ ਸੱਚਖੰਡ, ਇਸ ਦਰ ਤੇ ਅਸੀਂ ਪਹੁੰਚ ਸਕੀਏ, ਜਾ ਸਕੀਏ, ਅੱਪੜ ਸਕੀਏ। ਇਸ ਕਰਕੇ ਅਸੀਂ ਚੱਲਦੇ ਚੱਲਦੇ ਮਿਲਨਥਾ ਤੁਹਾਨੂੰ ਮਿਲ ਸਕੀਏ, ਤੁਹਾਡੀ ਸ਼ੋਹ ਨੂੰ ਪ੍ਰਾਪਤ ਹੋ ਸਕੀਏ, ਤੁਹਾਡੇ ਵਿੱਚ ਇੱਕਮਿਕ ਹੋ ਸਕੀਏ। ਇਹ ਐਸਾ ਆਪਣੇ ਚਰਨਾਂ ਦਾ ਪ੍ਰੀਤੀ ਰੂਪ ਪੱਲੇ ਦਾ ਸਾਨੂੰ ਆਸਰਾ ਦੇਣਾ ਕਰੋ। ਇਹ ਬੇਨਤੀਆਂ ਕਰਨੀਆਂ ਹਨ। ਜਦੋਂ ਬੇਨਤੀਆਂ ਕਰਾਂਗੇ ਫਿਰ ਸੱਚੇ ਪਾਤਸ਼ਾਹ ਜਿਹੜਾ ਗਿਆਨ ਤੋਂ ਹੀਣਾ ਅਗਿਆਨੀ ਸੀ ਉਸ ਨੂੰ ਮਹਾਰਾਜ ਆਪਣੇ ਦਰੋਂ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ। ਕਿਰਪਾ ਹਰੀ ਦੀ ਨਾਲ ਸੰਤ ਕੌਣ? ਗੁਰੂ ਸਾਹਿਬ, ਜਿਨ੍ਹਾਂ ਨੂੰ ਮਿਲ ਗਏ ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਚੁੱਕਿਆ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ, ਐਸੀ ਮਹਾਨ ਰਹਿਮਤ ਹੋਈ। ਸੋ ਸਾਧ ਸੰਗਤ ਜੀ ਉਹ ਫਿਰ ਗੁਰੂ ਨਾਲ ਮਿਲ ਕੇ ਗੁਰੂ ਦਾ ਰੂਪ ਬਣ ਜਾਂਦੇ ਹਨ। ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਤਹਿ ਦਿਲੋਂ ਸਵਾਸ ਸਵਾਸ ਕਰਕੇ ਧੰਨਵਾਦ ਹੈ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਭ ਦਾ ਹਾਰਦਿਕ ਤੌਰ 'ਤੇ ਬਹੁਤ ਬਹੁਤ ਧੰਨਵਾਦ। ਗਿਆਨੀ ਹਰਮਿੱਤਰ ਸਿੰਘ ਜੀ ਦਾ ਅਤੇ ਹੋਰ ਸਭ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲਨਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।